ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ। ਤਕਰੀਬਨ 14-15 ਦਿਨ ਪਹਿਲਾਂ ਨਾ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ, ਹਲਕਾ ਜਿਹਾ ਕਹਿਣ ਤੋਂ ਭਾਵ ਜਾਣੀ ਬਚ ਗਿਆ, ਬਚਾਅ ਹੋ ਗਿਆ। ਅਤੇ ਆਪਾਂ ਇਸ ਐਕਸੀਡੈਂਟ ਬਾਰੇ ਤੁਹਾਡੇ ਨਾਲ ਗੱਲ ਕਿਉਂ ਕਰਨੀ ਆ, ਕਿਉਂਕਿ ਜਿਹੜੇ ਐਕਸੀਡੈਂਟ ਤੋਂ ਬਾਅਦ ਜਿਹੜੇ ਰਾਹ 'ਤੇ ਰਾਹਗੀਰ ਜਾਂਦੇ ਹੁੰਦੇ ਆ, ਜਿਹੜੇ ਮੌਕੇ 'ਤੇ ਪਹੁੰਚਦੇ ਲੋਕ, ਉਹ ਐਕਸੀਡੈਂਟ ਨੂੰ ਜੱਜ ਕਿਵੇਂ ਕਰਦੇ ਆ, ਆਪਾਂ ਉਹਦੇ ਬਾਰੇ ਗੱਲਬਾਤ ਕਰਨੀ। ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਆਪਾਂ ਜਮ੍ਹਾਂ ਮੌਕੇ 'ਤੇ ਤਾਂ ਮੌਜੂਦ ਹੁੰਦੇ ਨਹੀਂ, ਜਦੋਂ ਐਕਸੀਡੈਂਟ ਕਲੀਅਰ ਹੁੰਦਾ ਆਪਣੇ ਸਾਹਮਣੇ ਉਦੋਂ ਨਹੀਂ ਹੁੰਦੇ, ਪਰ ਐਕਸੀਡੈਂਟ ਤੋਂ 2-4 ਮਿੰਟ ਬਾਅਦ ਆਪਾਂ ਪਹੁੰਚਦੇ ਹਾਂ ਅਤੇ ਫਿਰ ਆਪਾਂ ਜੱਜ ਕਰਨ ਲੱਗ ਜਾਂਦੇ ਹਾਂ ਵੀ ਇਹਦਾ ਕਸੂਰ ਹੋ ਸਕਦਾ, ਜਾਂ ਇਹਨੇ ਲਿਆ ਕੇ ਇਹਦੇ ਵਿੱਚ ਮਾਰੀ ਹੋ ਗੱਡੀ, ਜਾਂ ਇਹਦਾ ਕਸੂਰ ਵੱਧ ਹੋ ਸਕਦਾ, ਜਾਂ ਹਨਾ ਵੀ ਇਹਦੇ ਵੱਧ ਸੱਟਾਂ ਨੇ ਜਾਂ ਘੱਟ ਸੱਟਾਂ ਨੇ। ਠੀਕ ਆ, ਵੀਡੀਓ ਬਣਾਉਣ ਦਾ ਕਾਰਨ ਵੀ ਇਹੀ ਹੈ ਵੀ ਜਿਹੜੀ ਉਸ ਦਿਨ ਜੱਜਮੈਂਟ ਹੋਈ ਆ, ਜਿਹੜੇ ਰਾਹਗੀਰ ਸੀਗੇ, ਜਿਹੜੇ ਆਪਣੇ ਮੇਰੇ ਐਕਸੀਡੈਂਟ ਤੋਂ ਥੋੜ੍ਹਾ ਮਿੰਟ ਬਾਅਦ ਉੱਥੇ ਆਏ, ਅਤੇ ਉਹਨਾਂ ਦੀ ਜਿਹੜੀ ਜੱਜਮੈਂਟ ਸੀ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਵੀ ਕਿਵੇਂ ਲੋਕ ਜੱਜ ਕਰਦੇ ਨੇ ਐਕਸੀਡੈਂਟ ਨੂੰ, ਅਤੇ ਕਿਵੇਂ ਉਹ ਸਿਰਫ ਇੱਕ ਪਾਸੇ ਦਾ ਫੈਸਲਾ ਕਰ ਦਿੰਦੇ ਨੇ। ਅਤੇ ਨਾਲੇ ਗੱਲਬਾਤ ਕਰਾਂਗੇ ਆਪਾਂ ਵੀ ਜਦੋਂ ਉਸ ਜਿਹੜੇ ਮੁੰਡੇ ਨੇ ਯਾਨੀ ਕਿ ਮੋਟਰਸਾਈਕਲ ਮਾਰਿਆ ਸੀ ਮੇਰੇ ਵਿੱਚ, ਅਤੇ ਉਹਦੇ ਡੈਡੀ ਨੇ ਇਹ ਗੱਲ ਕਹੀ ਸੀ, ਕਹਿੰਦਾ ਵੀ ਚੱਲ ਬਚਾਅ ਹੋ ਗਿਆ, ਵੀ ਤੇਰਾ ਗ੍ਰਹਿ ਟਲ ਗਿਆ ਕੋਈ। ਠੀਕ ਹੈ, ਉਹਦੇ ਬਾਰੇ ਗੱਲ ਕਰਾਂਗੇ। ਸ਼ੁਰੂ ਕਿਵੇਂ ਕਰਦਾ ਹੁਣ ਤੁਹਾਨੂੰ ਦੱਸਦਾ। ਮੈਂ ਨਾ ਆਪਣੇ ਲਗਭਗ ਘਰ ਦੇ ਕੰਮ ਕਰਨ ਵੇੜ ਕੇ 10-10:30 ਵਜੇ ਬਾਗ ਦੇ ਵਿੱਚ ਜਾ ਰਿਹਾ ਸੀ, ਅਤੇ ਹਾਲੇ ਮੰਨ ਲਓ ਵੀ 200-250 ਮੀਟਰ ਹੀ ਪਿੰਡ ਛੱਡਿਆ ਹੋਊਗਾ ਹਾਲੇ, ਅਤੇ ਥੋੜ੍ਹਾ ਜਿਹਾ ਬਾਗ ਕਨੀ ਨੂੰ ਵਧਿਆ ਸੀਗਾ ਅਤੇ ਪਿੰਡ ਦੇ ਬਿਲਕੁਲ ਨੇੜੇ 200-250 ਮੀਟਰ ਦੂਰ ਪਿੰਡ ਤੋਂ, ਅਤੇ ਮੈਂ ਆਪਦੀ ਸਾਈਡ ਜਾ ਰਿਹਾ ਸੀ, ਬਿਲਕੁਲ ਆਪਦੀ ਸਾਈਡ ਖੱਬੇ ਹੱਥ ਆਪਣੀ ਸਾਈਕਲ ਲੈ ਕੇ ਜਾ ਰਿਹਾ ਸੀਗਾ। ਉਹੀ ਸਾਈਕਲ ਤੁਸੀਂ ਜਾਣਦੇ ਹੋ ਜਿਹੜੇ ਰੇਸਾਂ ਦੇ ਵਿੱਚ ਆ ਭਜਾਉਂਦੇ ਆ, ਅਤੇ ਅਚਾਨਕ ਇੱਕ ਆਵਾਜ਼ ਆਈ ਪਿੱਛੋਂ, ਉਹ ਦੇਖੀ ਬਾਈ, ਅਤੇ ਬਸ ਇੰਨੇ ਹੀ ਸੁਣਿਆ ਮੈਨੂੰ। ਅਤੇ ਉਸ ਤੋਂ ਬਾਅਦ ਇੱਕ ਜਿਵੇਂ ਕਹਿੰਦੇ ਨੇ ਵੀ ਐਂ ਬੱਦਲ ਦਿਸਣ ਲਾ ਆਉਂਦੇ ਆ ਲੋਕ, ਜਦੋਂ ਕਿਸੇ ਨੂੰ ਬੱਦਲ ਦਿਖਣ ਲੱਗ ਜਾਂਦੇ, ਉਹ ਚੀਜ਼ ਹੋਈ ਮੇਰੇ ਨਾਲ ਵੀ। ਇੱਕਦਮ ਹਵਾ ਦੇ ਵਿੱਚ ਝੋਲ ਵੱਜੀ, ਮੈਂ ਤਾਂ ਇੱਕਦਮ ਹਵਾ ਦੇ ਵਿੱਚ ਘੁੰਮਿਆ, ਐਂ ਲੱਗਿਆ ਜਿਵੇਂ ਬੱਦਲ ਐਂ ਮੈਨੂੰ ਕਿਸੇ ਨੇ ਘੁਮਾਇਆ ਹੁੰਦਾ ਫੜ ਕੇ। ਅਤੇ ਜਦੋਂ ਮੈਂ ਥੱਲੇ ਡਿੱਗਿਆ ਅਤੇ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੇਰਾ ਜਾਣੀ ਮੇਰੇ ਵਿੱਚ ਮੋਟਰਸਾਈਕਲ ਵੱਜਿਆ, ਅਤੇ ਮੋਟਰਸਾਈਕਲ 'ਤੇ ਸਵਾਰ ਸੀਗੇ 2 ਜਣੇ। ਇੱਕ ਮੁੰਡਾ ਸੀਗਾ, ਪਿੰਡ ਸੀਗਾ ਮੁੰਡੇ ਦੇ ਮਹਿਲ ਖੁਰਦ, ਅਤੇ ਮਗਰ ਉਹਦੀ ਮੰਮੀ ਮਾਤਾ ਬੈਠੀ ਸੀਗੀ। ਅਤੇ ਚਲੋ ਉਹ ਐਕਸੀਡੈਂਟ ਹੋਇਆ ਅਤੇ ਉਹ ਮੋਟਰਸਾਈਕਲ ਉਹਨੇ ਅੱਗੇ ਜਾ ਕੇ ਰੋਕ ਲਿਆ, ਅਤੇ ਮੈਂ ਉੱਠ ਖੜਿਆ। ਉੱਠਣ ਤੋਂ ਬਾਅਦ ਮੈਂ ਕੀ ਦੇਖਦਾ ਵੀ ਜਿਹੜੀ ਜਿਹੜੀ ਉਹਦੀ ਮਾਤਾ ਗਈ, ਉਹਦੀ ਮੰਮੀ ਆ, ਉਹ ਵੀ ਰੋਡ ਤੋਂ ਉੱਠ ਰਹੀ ਆ, ਜਾਣੀ ਕਿ ਐਂ ਲੰਬੀ ਪਈ ਸੀ, ਉਹ ਵੀ ਉੱਠ ਰਹੀ ਆ, ਅਤੇ ਉੱਠ ਕੇ ਦੁਹਾਈਆਂ ਪਾ ਰਹੀ ਆ ਵੀ ਆਹ ਤੂੰ ਕੀ ਕਰਤਾ, ਆਹ ਤੂੰ ਕੀ ਕਰਤਾ, ਆਪਦੇ ਮੁੰਡੇ ਨੂੰ ਕਹਿ ਰਹੀ ਆ। ਅਤੇ ਮੈਨੂੰ ਉੱਥੇ ਉਸ ਟਾਈਮ ਕੋਲ ਸਮਝ ਨਾ ਆਇਆ ਵੀ ਇਹ ਵੀ ਇੱਕਦਮ ਕੀ ਹੋ ਗਿਆ ਨਾ, ਅਚਾਨਕ ਵੀ ਮੈਂ ਆਪਦੀ ਮਸਤੀ ਦੇ ਵਿੱਚ ਜਾ ਰਿਹਾ, ਜਮ੍ਹਾਂ ਖੱਬੇ ਹੱਥ ਜਾ ਰਿਹਾ, ਅਤੇ ਵੀ ਅਚਾਨਕ ਕੀ ਹੋ ਗਿਆ ਨਾ ਇਹ, ਅਤੇ ਮੈਨੂੰ ਲੱਗਿਆ ਵੀ ਮੈਂ ਕੁਛ ਇੱਕਦਮ ਫੈਸਲਾ ਨਹੀਂ ਲੈ ਸਕਿਆ ਵੀ ਮੈਂ ਹੁਣ ਕੀ ਕਰਾਂ, ਵੀ ਇੱਕਦਮ ਜਿਵੇਂ ਲੋਕ ਫੋਨ ਨਹੀਂ ਕਰ ਦਿੰਦੇ ਵੀ ਚੱਲ ਫੋਨ ਕਰ ਆਪਦੇ ਸਾਥੀ ਨੂੰ, ਜਾਂ ਆਪਦੇ ਕਿਸੇ ਪਰਿਵਾਰਕ ਮੈਂਬਰ ਨੂੰ ਫੋਨ ਕਰਨ, ਉਹ ਵੀ ਨਹੀਂ, ਮੇਰੇ ਦਿਮਾਗ 'ਚ ਕੁਛ ਨਹੀਂ ਆਇਆ। ਅਤੇ ਮੈਂ ਸਿਰਫ ਉਹ ਮੁੰਡੇ ਨੂੰ ਪੁੱਛਣ ਗਿਆ ਵੀ ਹਾਂ ਬਈ ਕੀ ਗੱਲ ਸੀ ਨਾ, ਇਹ ਦਿਖਾਈ ਨਹੀਂ ਦੇ ਰਿਹਾ ਵੀ ਕਿੱਥੇ ਸੜਕ ਪਈ ਆ, ਪੂਰੀ 18 ਫੁੱਟੀ ਸੜਕ ਆ, ਅਤੇ ਤੂੰ 18 ਫੁੱਟੀ ਸੜਕ ਤੋਂ 17 ਫੁੱਟੀ ਸਾਰਾ ਹੀ ਸਾੜਾ ਛੱਡ ਕੇ ਮੇਰੇ ਜਾ ਕੇ ਵਿੱਚ ਲੈ ਕੇ ਮੋਟਰਸਾਈਕਲ ਮਾਰਿਆ। ਅਤੇ ਹਲੇ ਉਹ
ਉਹਨੇ ਕੋਈ ਜਵਾਬ ਦੇਣਾ ਸੀ ਉਸ ਤੋਂ ਪਹਿਲਾਂ ਹੀ ਉਹਦੀ ਮਾਂ ਜਾਣੀ ਮੇਰੇ ਮੂਹਰੇ ਹੱਥ ਜੋੜ ਕੇ ਖੜ ਗਈ, ਕਹਿੰਦੀ ਪੁੱਤ ਮਾਫੀ ਚਾਹੁੰਦੇ ਹਾਂ ਵੀ ਇਹਦਾ ਨਾ ਇਹਦੇ ਅੱਖਾਂ ਮੂਹਰੇ ਹਨੇਰਾ ਆ ਗਿਆ ਸੀ। ਤੇ ਮੈਂ ਮਤਲਬ ਸਵਾਲ ਕੀਤਾ ਮੈਂ ਉਹਦਾ ਵੀ ਚਲਾਉਂਦਾ ਉਹ ਸੀਗਾ, ਉਹਦੀ ਮੂਹਰੇ ਅੱਖਾਂ ਮੂਹਰੇ ਕੀ ਆ ਗਿਆ ਕੀ ਨਹੀਂ ਆ ਗਿਆ, ਤੈਨੂੰ ਮਗਰ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ? ਇੱਕ ਇੱਕ ਪਲ ਦੇ ਵਿੱਚ ਹੀ ਐਕਸੀਡੈਂਟ ਹੋ ਗਿਆ, ਇੱਕ ਪਲ ਦੇ ਵਿੱਚ ਤੁਸੀਂ ਮੈਨੂੰ ਹੱਟੜ ਕਰਤਾ, ਮੇਰੇ ਸਾਈਕਲ ਜਮੇ ਚਕਨਾ ਚੂਰ ਕਰਤੀ, ਤੇ ਇੱਕ ਪਲ ਦੇ ਵਿੱਚ ਤੈਨੂੰ ਇਹ ਵੀ ਪਤਾ ਲੱਗ ਗਿਆ ਵੀ ਉਹਦੀ ਅੱਖਾਂ ਮੂਹਰੇ ਹਨੇਰਾ ਆ ਗਿਆ। ਤੇ ਉਹ ਜਾਣੀ ਮੇਰੀ ਗੱਲ ਤਾਂ ਉਹਨੇ ਸੁਣੀ ਨੀ, ਉਹ ਹੱਥ ਜੋੜ ਕੇ ਦੁਹਾਈਆਂ ਪਾਉਣ ਲੱਗ ਗਈ, ਵੀਰੇ ਪੁੱਤ ਮਾਫ਼ ਕਰ ਦੇ, ਪੁੱਤ ਮਾਫ਼ ਕਰ ਦੇ, ਅਜੇ ਅੱਖਾਂ ਮੂਹਰੇ ਹਨੇਰਾ ਆ ਗਿਆ। ਤੇ ਜਦੋਂ ਮੈਂ ਮੁੰਡੇ ਨੂੰ ਮਾੜਾ ਜਿਹਾ ਪੁੱਛਿਆ ਤਾਂ ਮੁੰਡਾ ਕਹਿੰਦਾ ਵੀ ਮੈਂ ਇੰਡੀਕੇਟਰ ਦੇਖ ਰਿਹਾ ਸੀਗਾ ਵੀ ਇੰਡੀਕੇਟਰ ਬੰਦ ਹੋ ਗਿਆ, ਜਦੋਂ ਮੋੜ ਮੁੜੇ ਆ ਨਾ ਮੋੜ ਆਪਣੇ ਪਿੰਡ ਵਾਲਾ ਸਾਪੇ ਨੂੰ ਮੋੜ ਮੁੜਦੇ ਆ ਉਹ ਇੰਡੀਕੇਟਰ ਛੱਡਿਆ ਹੋਣ, ਤੇ ਉਸ ਤੋਂ ਬਾਅਦ ਉਹਨੇ ਬੰਦ ਨਹੀਂ ਕੀਤਾ, ਹੁਣ ਬਹਾਨੇ ਚਲੋ ਜਿਹਦਾ ਮਰਜ਼ੀ ਲਾ ਲਓ ਬਾਅਦ ਚੋਂ। ਤੇ ਉਸ ਤੋਂ ਬਾਅਦ ਕੀ ਹੋਇਆ, ਜਦੋਂ ਮੈਂ ਮੰਨ ਲਓ ਵੀ ਐਂ ਥੋੜ੍ਹੇ ਜਿਹਾ ਆਪਦੇ ਆਪ ਨੂੰ ਐਂ ਜੇ ਸਮਝਣ ਲੱਗਾ ਵੀ ਚੱਕਰ ਕੀ ਹੈ, ਵੀ ਹੁਣ ਕਰੀਏ ਕੀ ਨਾ, ਤੇ ਜਾਨੂੰ ਚਲੋ ਰਾਹਗੀਰ ਆਉਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਨਾ ਨਿਰਭੈ ਸਿੰਘ ਨੰਬਰਦਾਰ ਆਪਣੇ ਨਾ ਉਹਨਾਂ ਦੇ ਘਰੋਂ ਕਣਕ ਵਾਲੀ ਮਸ਼ੀਨ ਜਿਹੜੀ ਆਪਣਾ ਝੋਨੇ ਤੋਂ ਪਹਿਲਾਂ ਰੇਹ ਬੀਜਣ ਲੱਗ ਨੰਬਰ ਆਵਾਜ਼ ਸ਼ੁਰੂ ਹੋ ਗਿਆ ਰੇਹ ਬੀਜਣ ਵਾਲਾ, ਉਹ ਕਣਕ ਵਾਲੀ ਮਸ਼ੀਨ ਲੈ ਕੇ ਨਿਕਲੇ ਸੀਗੇ, ਉਹ ਖੜ ਗਏ ਉੱਥੇ। ਉਹ ਮੈਨੂੰ ਜਾਣ ਸਰ ਕਹਿੰਦੇ ਵੀ ਹਾਂ ਕਾਕਾ ਕੀ ਹੋ ਗਿਆ, ਮੈਂ ਹਜੇ ਕੁਛ ਨਹੀਂ ਬੋਲਿਆ। ਤੇ ਉਹਦੀ ਮਾਂ ਫਿਰ ਬੋਲ ਪਈ, ਕਹਿੰਦੀ ਮਾੜੇ ਜਿਹੇ ਮੁੰਡੇ ਤੋਂ ਐਕਸੀਡੈਂਟ ਹੋ ਗਿਆ ਵੀ ਹਲਕਾ ਜਿਹਾ ਸਾਈਕਲ ਦੇ ਵਿੱਚ ਮੋਟਰਸਾਈਕਲ ਵੱਜਿਆ। ਤੇ ਮੈਂ ਬੜਾ ਅੰਦਰੋਂ ਅੰਦਰੀ ਨਾ ਜਿਵੇਂ ਕਹਿੰਦੀ ਵੀ ਹਾਸਾ ਨਹੀਂ ਆਉਂਦਾ ਆਪਣਾ, ਹਨਾ ਵੀ ਯਾਰ ਮਾੜਾ ਜਿਹਾ ਐਕਸੀਡੈਂਟ ਵੀ ਮੇਰਾ ਸਾਰਾ ਇਹਨਾਂ ਨੇ ਸਾਈਕਲ ਜਮਾ ਜੀਰੋ ਕਰਤਾ, ਪਿਛਲਾ ਟਾਇਰ ਜਿਹੜਾ ਜਮਾ ਖੰਡਿਆ ਤਾ, ਤੇ ਸਾਰੇ ਗਜ ਭੰਨਤੇ, ਤੇ ਜਿਹੜਾ ਚੈਨ ਸੈੱਟ ਆ ਉਹ ਤੋੜਤਾ ਸਾਰਾ। ਤੇ ਹਲੇ ਵੀ ਅਸੀਂ ਕਹਿ ਰਹੇ ਨੇ ਵੀ ਮਾੜਾ ਜਿਹਾ ਐਕਸੀਡੈਂਟ ਹੋ ਗਿਆ ਨਾ। ਤੇ ਉਹ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਜਿਵੇਂ ਆਪਾਂ ਨੂੰ ਹੁਣੀ ਆਉਂਦਾ ਵੀ ਚਲੋ ਯਾਰ ਕੋਈ ਬੰਦਾ ਦੇਖਣ ਆਇਆ, ਆਪਾਂ ਨੂੰ ਹਾਲ ਚਾਲ ਪੁੱਛਣ ਆਇਆ, ਆਪਾਂ ਨੂੰ ਦੱਸੀ ਹੈ ਨਾ ਵੀ ਆਪਦੀ ਗੱਲ ਵੀ ਆਪਣਾ ਕੀ ਕਸੂਰ ਆ ਜਾਂ ਇਹਨਾਂ ਦਾ ਕਸੂਰ ਕਿਹਦਾ। ਉਹ ਹਲੇ ਮੈਂ ਕੁਛ ਬੋਲਣ ਲੱਗਿਆ, ਉਹ ਪਹਿਲੀ ਰਾਹਗੀਰ ਮੈਨੂੰ ਕਹਿੰਦਾ ਹਾਂ ਵੀ ਤੇਰਾ ਕਿਹੜਾ ਪਿੰਡ ਆ, ਮਹਾ ਮੇਰਾ ਪਿੰਡ ਬਲੋਰੀ ਹੈ, ਕਹਿੰਦਾ ਫਿਰ ਖੜਾ ਕੀ ਕਰਦਾ ਇੱਥੇ, ਇਹਨਾਂ ਨੂੰ ਪਾਣੀ ਲਿਆ ਕੇ ਦੇ। ਬੜੀ ਯਾਰ ਆਪਦੇ ਆਪ ਨੂੰ ਇੱਥੇ ਖੜੀ ਨੂੰ ਐਂ ਜੇ ਹੋਈ ਜਾਵੇ ਯਾਰ ਜਿਵੇਂ ਨਾ ਮੈਂ ਅੱਜ ਸਾਈਕਲ ਤੇ ਆ ਕੇ ਤੇ ਆਪਦੀ ਸਾਈਡ ਜਾ ਕੇ ਨਾ ਬਹੁਤ ਵੱਡਾ ਗੁਨਾਹ ਕਰਤਾ ਹੁੰਦਾ ਵੀ ਇਹਨਾਂ ਨੇ ਲਿਆ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਿਆ, ਮੈਨੂੰ ਪੂਰਾ ਘੱਟੋ ਘੱਟ 4-5 ਫੁੱਟ ਉੱਤੇ ਭੜਕਾਇਆ, ਫਿਰ ਮੈਂ ਥੱਲੇ ਸੜਕ ਤੇ ਡਿੱਗਿਆ। ਕਿਉਂਕਿ ਜਦੋਂ ਮੈਂ ਡਿੱਗਿਆ ਨਾ ਮੈਨੂੰ ਪਹਿਲਾਂ ਮੇਰਾ ਐਸਲੋਟ ਮੋਢਾ ਸੀ, ਐਸਲੋਟ ਹੱਥ ਸੀ ਕੁਦਰਤੀ, ਮੇਰਾ ਪਰਨਾ ਬੰਨਿਆ ਹੋਇਆ ਸੀ, ਜਿਹੜਾ ਮੇਰਾ ਪਰਨਾ ਬੰਨਿਆ ਉਹ ਇੱਧਰੋਂ ਇੱਥੋਂ ਫਟ ਵੀ ਗਿਆ ਸੀਗਾ, ਤੇ ਐਸਲੋਟ ਟੇਢੇ ਲੋਟ ਮੈਂ ਡਿੱਗਿਆ ਸੜਕ ਦੇ ਉੱਤੇ। ਤੇ ਆਹ ਚੀਜ਼ ਇੱਥੇ ਮੇਰੇ ਰਗੜਾਂ ਬਹੁਤ ਸੀਗੀਆਂ ਇੱਥੇ, ਤੇ ਬਾਕੀ ਰਗੜਾਂ ਮੇਰੇ ਗੋਡਿਆਂ 'ਤੇ ਸੀ, ਇੱਕ ਥੋੜ੍ਹਾ ਪੂੜੇ 'ਤੇ ਵੱਧ ਸੱਟ ਵੱਜੀ ਸੀਗੀ। ਤੇ ਉਦੋਂ ਬਾਅਦ ਕੀ ਉਹ ਜਦੋਂ ਮੈਂ ਡਿੱਗਿਆ ਜਾਣੀ ਆਹ ਮੇਰੀ ਬਾਂਹ ਥੱਲੇ ਸੀਗੀ ਸਿਰ ਦੇ, ਤੇ ਫਿਰ ਵੀ ਸਿਰ ਦਾ ਪਰਨਾ ਪਾੜ ਗਏ ਸੀ ਥੋੜ੍ਹਾ ਜਿਹਾ। ਤੁਸੀਂ ਦੇਖੋ ਵੀ ਜੇ ਆਹ ਬਾਂਹ ਨਾ ਹੁੰਦੀ ਬੁਰੇ ਤਾਂ ਸਿਰ ਜ਼ੋਰ ਦੀ ਵੱਜਣਾ ਸੀਗਾ ਨਾ। ਤੇ ਉਹ ਜਾਣੀ ਕੁਦਰਤੀ ਮੰਨ ਲਓ ਵੀ ਉਹ ਤੱਤੇਗਾ, ਆਪਾਂ ਨੂੰ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕੁਛ ਹੋਇਆ ਜਾਂ ਬਸ ਕੁਦਰਤੀ ਆਪਾਂ ਉੱਠ ਖੜੇ। ਤੇ ਉੱਠਣ ਤੋਂ ਬਾਅਦ ਮੈਂ ਸਾਰਾ ਮਾਹੌਲ ਜਾਣੀ ਜਿਵੇਂ ਕਹਿੰਦੇ ਤਮਾਸਾ ਦੇਖਣ ਲੱਗ ਵੀ ਲੋਕ ਕਹਿੰਦੇ ਕੀ ਹੈ, ਚਲੋ ਉਹਨੇ ਨਹੀਂ ਜੱਜ ਕੀਤਾ ਨਾ ਵੀ ਮੈਨੂੰ ਵੀ ਕੋਈ ਚੱਕਰ ਹੋ, ਮੈਨੂੰ ਵੀ ਕੁਛ ਹੋਇਆ ਜਾਂ ਕਿਵੇਂ। ਮੇਰੀ ਸਾਈਕਲ ਦੇਖ ਕੇ ਤਾਂ ਕਹਿੰਦੇ ਕਿ ਇਕੱਲੀ ਸਾਈਕਲ ਨੂੰ ਨੁਕਸਾਨ ਆ, ਮੁੰਡੇ ਨੂੰ ਕੋਈ ਨੁਕਸਾਨ ਨਹੀਂ, ਠੀਕ ਹੈ। ਤੇ ਉਹ ਕਹਿੰਦਾ ਪਾਣੀ ਲਿਆ ਕੇ ਦੇ ਇਹਨਾਂ ਨੂੰ, ਮੈਂ ਪਾਣੀ ਫਿਰ ਮੈਂ ਥੋੜ੍ਹਾ ਜਿਹਾ ਚੱਲ ਮੈਂ ਯਾਰ ਪਾਣੀ ਤਾਂ ਪਿਆਈ ਦਿੰਦੇ, ਚੱਲ ਕਿੱਡੀ ਕੁ ਵੱਡੀ ਗੱਲ ਹੈ ਨਾ। ਮੈਂ ਚੱਕੀ ਉਹਦੇ ਸਾਈਕਲ 'ਚ ਬੋਤਲ ਕੱਢੀ ਤਾਂ ਉਹ ਟੁੱਟ ਗਈ ਸੀ ਬੋਤਲ, ਉਹਦੇ ਵਿੱਚ ਮਾੜਾ ਜਿਹਾ ਪਾਣੀ ਰਹਿ ਗਿਆ ਸੀ। ਉਹ ਮੈਂ ਚੱਲ ਪਾਣੀ ਫੜਤਾ, ਮੈਂ ਪੀ ਲਓ, ਮੈਂ ਆਪਦੇ ਮਨ ਦੇ ਅੰਦਰ ਮੈਂ ਗੱਲ ਇਹ ਕਹੀ, ਮੈਂ ਨਾਲੇ ਐਕਸੀਡੈਂਟ ਕਰਾਓ ਨਾਲੇ ਪਾਣੀ ਪਿਆਓ ਲੋਕਾਂ ਨੂੰ ਨਾ। ਚਲੋ ਉਹਨੇ ਪਾਣੀ ਪੀ ਲਿਆ ਵੀ, ਤੇ ਉਦੋਂ ਬਾਅਦ ਜਿੰਨੇ ਰਾਹਗੀਰ ਆਈ ਗਏ ਉਹ ਉਸ ਮੈਨੂੰ ਜਮਾਂ ਸਾਬਤ ਸੂਰਤ ਖੜੇ ਨੂੰ ਦੇਖ ਕੇ ਬਸ ਹਰੇਕ ਦਾ ਇਹੀ ਇਹੀ ਉਹ ਕਹਿਣਾ ਸੀ ਵੀ ਚੱਲ ਵਧੀਆ, ਕੁਛ ਨਹੀਂ ਹੋਇਆ ਮੁੰਡੇ ਨੂੰ, ਬਸ ਵਧੀਆ ਵਧੀਆ ਬਚਾ ਹੋ ਗਿਆ। ਉਹ ਮੁੰਡੇ ਨੇ ਐਕਟਿੰਗ ਇੰਨੀ ਸੋਹਣੀ ਕੀਤੀ ਸੀ ਮੋਟਰਸਾਈਕਲ ਵਾਲੇ ਜਿਹਨੇ ਟੱਕਰ ਮਾਰੀ ਸੀਗੀ, ਉਹਨੇ ਜਦੋਂ ਦੇਖ ਲਿਆ ਵੀ ਮੁੰਡਾ ਬੁੜਕ ਗਿਆ ਤੇ ਸਾਈਕਲ ਟੁੱਟ ਗਈ ਜਮਾਂ,
ਤੇ ਉਹਨੇ ਕੀ ਕੀਤਾ ਉਹਦਾ ਜਿਹੜੇ ਪੱਗ ਦਸਤਾਰ ਬੰਨੇ ਪਰਨਾ ਬੰਨਿਆ ਸੀ ਗੋਲ ਜਿਹਾ ਮੇਰੇ ਵਾਂਗੂ, ਸ਼ਾਇਦ ਪੱਗ ਬੰਨੀ ਵੀ ਸੀ, ਤੇ ਉਹਨੇ ਕੀ ਕੀਤਾ ਪੱਗ ਲਾ ਕੇ ਨਾ ਐਸ ਲੋੜ ਧਰ ਲਈ, ਐਸ ਲੋੜ ਧਰ ਕੇ ਉਹਨੇ ਪੱਗ ਮੁੜ ਕੇ ਜਾਣੀ ਇੱਕਦਮ ਸੁੰਨ ਹੋ ਗਏ, ਦਰਖਤ ਰਹਿਣ ਲੱਗ ਕੇ ਪੈ ਗਏ। ਜਿਹੜਾ ਰਾਹਗੀਰ ਆਵੇ ਬਸ ਉਹਨੂੰ ਭੱਜ ਭੱਜ ਪਵੇ, ਹਾਂ ਪਾਣੀ ਪੀ ਲਓ, ਪਾਣੀ ਪੀ ਲਓ, ਬਚਾ ਹੋ ਗਿਆ, ਠੀਕ ਆ ਪਾਣੀ ਪੀ ਲਓ, ਪਾਣੀ ਬਚਾ, ਠੀਕ ਆ ਠੀਕ ਆ, ਬਲੱਡ ਤਾਂ ਨਹੀਂ ਵੱਧ ਗਿਆ। ਤੇ ਜਿਹੜੇ ਰਾਹਗੀਰ ਉਹਨੂੰ ਸੰਭਾਲ ਕਰਦੇ ਸੀ ਕੀ ਬਲੱਡ ਵੱਧ ਗਿਆ ਸੀ, ਉਹ ਉਹਦੀ ਜਵਾਬ ਦੇ ਦੇਗਾ ਹਾਂਜੀ ਹਾਂ ਬਲੱਡ ਵੱਧ ਗਿਆ ਸੀ। ਦੂਜਾ ਰਾਹਗੀਰ ਉਹਨੂੰ ਸੰਭਾਲ ਕਰੇ ਕੀ ਹੋ ਗਿਆ ਸੀ ਕਿ ਮੂਹਰੇ ਕੁਛ ਆ ਗਏ, ਹਾਂਜੀ ਹਾਂਜੀ ਮੂਹਰੇ ਭੇਡਾਂ ਬੱਕਰੀਆਂ ਆ ਗਏ ਸੀਗੇ ਜੀ। ਮੈਂ ਹੈਰਾਨ ਯਾਰ ਵੀ ਬੰਦਾ ਮੇਰੀ ਗੱਲ ਹੀ ਨਾ ਸੁਣੇ ਉੱਥੇ ਕੋਈ, ਜਿਹੜਾ ਰਾਹਗੀਰ ਵਾਲੇ ਸਾਰੇ, ਕਿਉਂਕਿ ਉਹਦੇ ਨਾਲ ਬੀਬੀ ਬੈਠੀ ਸੀਗੀ, ਚਲੋ ਫਿਰ ਜਿੱਥੇ ਔਰਤਾਂ ਹੁਣ ਉੱਥੇ ਫਿਰ ਔਰਤਾਂ ਦੀ ਗੱਲ ਵੱਧ ਸੁਣਦੇ ਲੋਕ, ਪਰ ਮੈਂ ਹੈਰਾਨ ਆ ਵੀ ਯਾਰ ਇੱਕ ਪਾਸੇ ਤਾਂ ਮੈਂ ਮੇਰਾ ਜਮਾ ਕੁੰਡਾ ਹੋ ਗਿਆ ਨਾ, ਮੇਰੀ ਸਾਈਕਲ ਜਮਾ ਸੱਤਿਆਨਾਸ਼ ਵੱਜ ਗਿਆ, ਦੂਜੇ ਪਾਸੇ ਜਾਣੀ ਕਿ ਜੇ ਮੈਂ ਲਾਹ ਕੇ ਦਿਖਾਉਂਦਾ ਆਪਦੀਆਂ ਸੱਟਾਂ ਕੱਪੜੇ ਨਾ, ਫਿਰ ਉਹਨਾਂ ਨੂੰ ਦਿਖਾਈ ਦੇਣੀਆਂ ਸੀ ਮੇਰੀ ਸੱਟ, ਇੱਥੇ ਜ਼ਰੂਰ ਸੀਗੀਆਂ ਮੇਰੇ ਰਗੜਾਂ, ਆਹ ਹੁਣ ਭਰ ਗਈਆਂ, ਜ਼ਖਮ ਜੀ ਭਰ ਗਏ, ਇਹ ਸਰੇਆਮ ਖੂਨ ਖੂਨ ਨਿਕਲ ਰਿਹਾ ਸੀ, ਪਰ ਇਹ ਅਗਲਾ ਕਹਿੰਦਾ ਮਾੜੀ ਮੋਟੀ ਝਰੀਟਾਂ। ਚਲੋ ਰਾਹਗੀਰ ਨੇ ਆਪਦਾ ਸਾਰਾ ਉਹ ਰੰਗ ਤਮਾਸਾ ਦਿਖਾਤਾ, ਯਾਨੀ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਯਾਰ ਬਹੁਤ ਗਲਤੀ ਹੈ ਤੇਰੀ ਵੀ, ਤੂੰ ਐਡੀ ਦੂਰੋਂ 18 ਫੁੱਟ ਰੋਡ ਛੱਡ ਕੇ ਇੱਧਰ ਕਿਉਂ ਆਇਆ, ਵੀਡੀਓ ਬਣਾਉਣੀ ਕਿਉਂ ਪੈ ਗਈ, ਕਾਰਨ ਕੀ ਹੋਇਆ। ਜਦੋਂ ਉਹਦਾ ਡੈਡੀ ਆਇਆ ਮੁੰਡੇ ਦਾ, ਉਹਨੇ ਫੋਨ ਕਰਤਾ ਉਹਦੀ ਮੰਮੀ ਨੇ ਵੀ ਆ ਜਾਓ ਸਾਡਾ ਐਕਸੀਡੈਂਟ ਹੋ ਗਿਆ ਵੀ ਇੱਥੇ ਪੰਡੋਰੀ ਗੱਡੀ ਲੈ ਕੇ ਆ ਜਾਓ। ਉਹਨੇ ਪੰਡੋਰੀ ਆਉਣ ਤੋਂ ਪਹਿਲਾਂ ਸਾਡੇ ਪਿੰਡ ਵਾਲੇ ਇੱਕ ਮੁੰਡੇ ਨੂੰ ਮੈਂ ਜਾਣਦਾ, ਉਹਨੇ ਆਪਣੇ ਵਿੱਕੀ ਨੂੰ ਫੋਨ ਕਰਤਾ ਵੀ ਤੂੰ ਹੈ ਨਾ ਫਟਾਫਟ ਜਾ ਗੱਡੀ ਲੈ ਕੇ ਜਾ, ਦੇਖ ਵੀ ਮੁੰਡੇ ਦਾ ਐਕਸੀਡੈਂਟ ਹੋਇਆ, ਕੋਈ ਗੱਲਬਾਤ ਨਾ ਹੋ ਗਈ, ਗੱਡੀ ਲੈ ਜਾ। ਤੇ ਉਹ ਪਹਿਲਾਂ ਪਹੁੰਚ ਗਿਆ ਵਿੱਕੀ ਸਾਡੇ ਪਿੰਡ ਵਾਲਾ, ਤੇ ਜਦੋਂ ਉਹ ਪਹਿਲਾਂ ਉੱਥੇ ਪਹੁੰਚਿਆ ਤਾਂ ਉਹ ਮੈਨੂੰ ਕਹਿੰਦਾ ਕਾਲੇ ਕਿਹਦਾ ਐਕਸੀਡੈਂਟ ਹੋ ਗਿਆ, ਮੈਂ ਕਿਹਾ ਕਿਹੜਾ ਮੁੰਡਾ ਭਾਈ ਇਹਦੀ ਐਕਸੀਡੈਂਟ ਹੋਇਆ, ਜਦੋਂ ਮੈਂ ਉਹਨੇ ਪਤੰਦਰ ਨੇ ਜਾਣੀ ਦੇਖ ਲਓ ਵੀ ਉਹ ਜਾਣੀ ਆਪਾਂ ਜੱਜ ਨਹੀਂ ਕਰ ਲੈਂਦੇ ਯਾਰ ਵੀ ਕਸੂਰਖਾਨੀ ਮੇਰਾ ਹੀ ਸੀਗਾ ਨਾ, ਵੀ ਮੈਂ ਐਕਸੀਡੈਂਟ ਹੋਣ ਤੋਂ ਬਾਅਦ ਉੱਥੇ ਲਿਟਿਆ ਨਹੀਂ ਰਿਹਾ ਜਾਂ ਆਏ ਸਿਰ ਫੜ ਕੇ ਨਹੀਂ ਬੈਠਿਆ, ਪਤਾ ਨਹੀਂ ਮੇਰੇ ਕਸੂਰ ਸੀਗਾ, ਮੈਂ ਅਚਾਨਕ ਇੱਕਦਮ ਖੜਾ ਹੋ ਗਿਆ ਤੇ ਮੈਨੂੰ ਤੱਤੇ ਕਾ ਆਪਣੇ ਕੋਈ ਅਮਿਤ ਝੂਠ ਬੋਲੀ ਜੇ ਜਮਾ ਹੀ ਨਹੀਂ ਪਤਾ ਲੱਗਾ ਵੀ ਕੁਛ ਹੋਇਆ ਹੈ ਨਾ। ਤੇ ਉਹਨੇ ਮੈਂ ਕਿਹਾ ਇਹਨੇ ਮਾਰਿਆ ਭਾਈ ਮੋਟਰਸਾਈਕਲ ਮੇਰੀ, ਕਹਿੰਦਾ ਤੇਰਾ ਬਚਾ ਹੋ ਗਿਆ ਵਿੱਕੀਆਂ ਨਾ, ਮੈਂ ਕਿਹਾ ਹਾਂ ਮੇਰਾ ਚੱਲ ਬਚਾ ਹੋ ਗਿਆ ਠੀਕ ਆ। ਉਹਨੇ ਉਹਨੂੰ ਪੁੱਛਿਆ ਵੀ ਹਾਂ ਚੱਲ ਤੈਨੂੰ ਲੈ ਚੱਲਾਂ ਕਿਸੇ ਹਸਪਤਾਲ ਦੇ ਵਿੱਚ, ਉਹ ਕਹਿੰਦਾ ਕੋਈ ਚੱਕਰ ਨਹੀਂ ਬਾ ਠੀਕ ਆ ਹੈ ਨਾ। ਚਲੋ ਰਾਹਗੀਰ ਆਪਦਾ ਰੰਗ ਤਮਾਸਾ ਦਿਖਾ ਕੇ ਚਲੇ ਗਏ, ਠੀਕ ਆ। ਉਹਦਾ ਡੈਡੀ ਆਇਆ, ਡੈਡੀ ਆਉਣ ਤੋਂ ਬਾਅਦ ਉਹਨੇ ਮੈਨੂੰ ਇੱਕ ਗੱਲ ਹੀ ਕਹੀ ਵੀ ਤੇਰੇ ਜਿਹੜਾ ਸਾਈਕਲ ਦਾ ਫਲਡ ਆ ਉਹ ਅਸੀਂ ਕਢਾ ਦਿੰਦੇ। ਮੈਂ ਆਪਣੇ ਮਨ ਦੇ ਵਿੱਚ ਕਿਹਾ ਮੈਂ ਵੀ ਸਾਈਕਲ ਦਾ ਫਲਡ ਤਾਂ ਕਢਾ ਦਊਂਗਾ, ਤੁਸੀਂ ਜਿਹੜਾ ਮੇਰੇ 'ਚ ਫਲਡ ਪੈਗਾ ਉਹ ਕੌਣ ਕਢਾਊਗਾ ਨਾ। ਤੇ ਇੱਕ ਚੱਤ ਕਰੇ ਯਾਰ ਵੀ ਉਹਨਾਂ ਤੋਂ ਲੈ ਲਾਂ ਪੈਸੇ ਹੈ ਨਾ ਥੋੜ੍ਹੇ ਮੋਟੇ, ਕਿਉਂਕਿ ਮੈਨੂੰ ਨਹੀਂ ਪਤਾ ਵੀ ਕਿੰਨੇ ਲੱਗਣੇ ਆ ਸਾਈਕਲ ਦੇ, ਕਿਉਂਕਿ ਗੇਅਰ ਜਿਹੜੀ ਇਹ B20 ਦੀ ਸਾਈਕਲ ਹੈ ਨਾ, ਹੋਲੈਂਡ ਦਾ ਪ੍ਰੋਡਕਟ ਆ ਇਹ ਆਪਣੇ ਭਾਈ ਬਾਲਾ ਚੌਂਕ ਆ ਲੁਧਿਆਣੇ ਨਾ, ਸਿਰਫ ਉੱਥੇ ਹੀ ਮਿਲਦਾ ਸਾਰਾ ਪ੍ਰੋਡਕਟ, ਸਾਰਾ ਸਮਾਨ ਨਾ ਸਾਈਕਲਿਆਂ ਦਾ, ਤੇ ਹੋਰ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦਾ। ਤੇ ਇਹਦੇ ਜਿਹੜੇ ਜਿਹੜੇ ਚੱਕੇ ਆ ਉਹ ਵੀ ਅਲਮੀਨੀਅਮ ਦੇ ਆ, ਗਾਜ ਆ ਜਿਹੜੇ ਉਹ ਵੀ ਅਲਮੀਨੀਅਮ, ਜਾਣੀ A to Z ਇਹ ਚੀਜ਼ ਉਹ ਚੀਜ਼ਾਂ ਪਾਈਆਂ ਜਿਹੜੀਆਂ ਹੋਲੈਂਡ ਤੋਂ ਸਪੈਸ਼ਲ ਆਉਂਦੀਆਂ ਨੇ ਇੱਥੇ ਆ ਕੇ ਤਿਆਰ ਹੁੰਦੀ ਆ ਸਾਈਕਲ ਇਹ, ਤੇ ਉਹ ਹੋਰ ਕਿਤੇ ਸਮਾਨ ਇਹਦਾ ਮਿਲਦਾ ਨਹੀਂ, ਕਿਉਂਕਿ ਜੇ ਗੱਜ ਵੀ ਟੁੱਟ ਜਾਣਾ ਗੱਜ ਵੀ ਉੱਥੋਂ ਮਿਲਦਾ, ਜੇ ਲਿਆਉਣਾ ਤੁਸੀਂ ਬਾਹਰੋਂ ਬਾਜ਼ਾਰ ਤੋਂ ਤਾਂ ਥੋੜ੍ਹਾ ਵੱਡਾ ਜਾਂ ਥੋੜ੍ਹਾ ਛੋਟਾ ਮਿਲੂਗਾ। ਤੇ ਚਲ ਮੇਰੇ ਤੋਂ ਕਿਹਾ ਨਹੀਂ ਗਿਆ, ਮੇਰੇ ਤੋਂ ਰਿਹਾਨ ਬਣੀ, ਮੈਂ ਸਿਰਫ ਇੰਨਾ ਚਲੋ ਕੋਈ ਗੱਲ ਨਹੀਂ ਜੀ ਪਵਾ ਲਾਂਗੇ ਗੱਜ, ਤੁਸੀਂ ਆਪਦੇ ਮੁੰਡੇ ਨੂੰ ਸਮਝਾ ਲਓ, ਮੈਂ ਇਹਨਾਂ ਨੂੰ ਜ਼ਰੂਰ ਕਿਹਾ ਵੀ ਤੁਸੀਂ ਕੋਸ਼ਿਸ਼ ਕਰੋ ਆਪਦੇ ਮੁੰਡੇ ਨੂੰ ਸਮਝਾ ਲਓ ਵੀ ਅੱਗੇ ਤੋਂ ਅੱਖਾਂ ਖੋਲ ਕੇ ਜਾਵੇ ਜਿੱਥੇ ਜਾਣਾ ਨਾ, ਕਿਉਂਕਿ ਹਰ ਵਾਰ ਇਹੀ ਬਹਾਨਾ ਨਹੀਂ ਚੱਲਦਾ ਮੇਰੇ ਅੱਖਾਂ ਵਾਲੇ ਨੇਰ ਆ ਗਿਆ ਜਾਂ ਮੇਰੇ ਇੰਡੀਕੇਟਰ ਦੇਖਦਾ ਸੀ, ਚਲ ਮੈਂ ਸਹੀ ਸਲਾਮਤ ਖੜਾ ਇੰਨਾ ਹੀ ਬਹੁਤ ਆ ਵੀ ਜੇ ਕੁਛ ਹੋ ਜਾਂਦਾ ਫਿਰ ਤੁਹਾਡੇ ਮੁੰਡੇ ਦਾ ਕੁਛ ਬਚਣਾ ਨਹੀਂ ਸੀਗਾ। ਤੇ ਉਹ ਕਹਿੰਦਾ ਤੂੰ ਸ਼ੁਕਰ ਮਨਾ, ਕਹਿੰਦਾ ਚੱਲ ਠੀਕ ਆ ਤੂੰ ਸ਼ੁਕਰ ਮਨਾ, ਤੇਰਾ ਗ੍ਰਹਿ ਟਲ ਗਿਆ, ਕਹਿੰਦਾ ਤੂੰ ਅੱਜ ਬਚ ਗਿਆ, ਕਹਿੰਦਾ ਤੇਰੇ 'ਤੇ ਇੱਕ ਗ੍ਰਹਿ ਸੀਗਾ। ਫਿਰ ਮੈਂ ਉਦੋਂ ਮੈਨੂੰ ਬੜਾ ਗੁੱਸਾ ਚੜਿਆ, ਚਲ ਉਹ ਤੁਰ ਗਿਆ, ਉਹਦਾ ਡੈਡੀ ਵੀ ਤੁਰ ਗਿਆ, ਚਲ ਉਹ ਵੀ ਤੁਰ ਗਿਆ, ਮੈਨੂੰ ਗੁੱਸਾ ਇੰਨਾ ਜ਼ਿਆਦਾ ਚੜਿਆ ਨਾ ਉੱਥੇ ਵੀ ਇੱਕ ਪਾਸੇ ਬੰਦਾ ਇੰਨਾ ਨੁਕਸਾਨ ਕਰ ਗਿਆ ਤੇ ਦੂਜੇ ਪਾਸੇ ਸਿਰਫ ਜਾਂਦਾ ਇਹ ਕਹਿ ਗਿਆ ਵੀ ਚੱਲ ਸ਼ੁਕਰ ਆ ਤੇਰਾ ਗ੍ਰਹਿ ਟਲ ਗਿਆ।
ਨਹੀਂ ਤਾਂ ਅੱਜ ਖਤਮ ਹੋ ਜਾਣਾ ਸੀ, ਜਾਣੀ ਕਿ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਟੱਕਰ ਵੱਜੀ, ਸਾਈਕਲ ਕਿਤੇ ਹੋਰ ਸੀ ਅਤੇ ਮੈਂ ਕਿਤੇ ਹੋਰ ਸੜਕ 'ਤੇ ਪਿਆ ਸੀਗਾ। ਹਜੇ ਮੈਂ ਉਹਦੇ ਨਾਲ ਗੁੱਸੇ ਦੇ ਵਿੱਚ ਅੰਦਰੋਂ ਅੰਦਰ ਹੀ ਉਹ ਕਰੀ ਜਾਂਦਾ ਆਪਦੇ ਆਪ ਨੂੰ, ਜਾਣੀ ਹੈ ਨਾ ਵੀ ਕਮਾਲ ਹੈ ਯਾਰ, ਮੈਂ ਤਾਂ ਜਮਾਂ ਢਿੱਲ ਵਰਤ ਗਿਆ ਵੀ ਇਹ ਤਾਂ ਵਗਰੇ ਮੈਨੂੰ ਹੀ ਖਰੀਆਂ ਖਰੀਆਂ ਸੁਣਾ ਗਏ। ਅਤੇ ਹਜੇ ਜਿੱਥੇ ਜਾਣੂ ਉਹ ਇੱਕ ਆਪਣੇ ਵੀਰ ਬੱਕਰੀਆਂ ਲਈ ਜਾ ਰਿਹਾ ਸੀ ਉੱਧਰ ਨੂੰ ਛਾਪੇ ਕੰਨੀ ਨੂੰ, ਅਤੇ ਉਹ ਆ ਗਿਆ ਮੇਰੇ ਕੋਲ ਜਾਣ ਨੂੰ। ਉਹ ਮੈਨੂੰ ਕਹਿੰਦਾ ਕਾਲੇ ਬਚ ਗਿਆ, ਕਹਿੰਦਾ ਮਹਾਂ ਹੋ ਗਿਆ, ਕਹਿੰਦਾ ਜਦੋਂ ਤੂੰ ਡਿੱਗ ਗਿਆ, ਕਹਿੰਦਾ ਜਿਹੜੀ ਉਹਦੀ ਮਾਤਾ ਸੀ ਉਹ ਤੇਰੇ ਉੱਤੇ ਡਿੱਗੀ ਆ ਗਈ। ਉਹ ਮੈਨੂੰ ਬਾਅਦ ਚੋਂ ਉਦੋਂ ਮੈਨੂੰ ਅਹਿਸਾਸ ਨਹੀਂ ਹੋਇਆ, ਮੈਨੂੰ ਜਾਣੀ ਉਹ ਜਦੋਂ ਟੱਕਰ ਵਿੱਚ ਮਾਰੀ ਪਹਿਲਾਂ ਮੈਂ ਡਿੱਗਿਆ ਟੇਢੇ ਲੋਟ, ਫਿਰ ਟੇਢੇ ਲੋਟ ਡਿੱਗਣ ਤੋਂ ਬਾਅਦ ਮੈਂ ਸਿੱਧਾ ਹੋ ਗਿਆ, ਸਿੱਧਾ ਹੋਣ ਤੋਂ ਬਾਅਦ ਮੇਰੇ ਇੱਥੇ ਆ ਕੇ ਪੂਰੇ ਸਰੀਰ ਦੇ ਸਿੱਧੇ ਸਿੱਧੇ ਆ ਕੇ ਉੱਤੇ ਡਿੱਗੀ ਉਹ, ਤਾਂ ਹੀ ਉਹ ਮਤਲਬ ਕੁਛ ਨਹੀਂ ਹੋਇਆ, ਚੰਗੀ ਭਲੀ ਖੜੀ ਹੋ ਗਈ। ਅਤੇ ਉਦੋਂ ਉਹ ਫਿਰ ਉਹਨੇ ਦੱਸੀ ਸਟੋਰੀ ਵੀ ਉਹ ਉੱਤੇ ਡਿੱਗੀ ਆ ਤੇਰੇ, ਅਤੇ ਫਿਰ ਮੈਂ ਉਦੋਂ ਵੀ ਨਹੀਂ ਸੋਚਿਆ ਵੀ ਚੱਲ ਡਿੱਗ ਵੀ ਹੋ ਗਈ ਕਿੱਡੀ ਕੁ ਵੱਡੀ ਗੱਲ ਹੈ। ਪਰ ਹੋਇਆ ਕਿ ਫਿਰ ਉਸ ਤੋਂ ਬਾਅਦ ਮੈਂ ਕੀ ਚੱਲੇ ਇਹ ਗੱਲ ਕਰਨੀ ਹੈ ਵੀ ਉਹ ਜਦੋਂ ਜਾਣ ਜਾਂਦਾ ਬੰਦਾ ਇਹ ਕਹਿੰਦਾ ਵੀ ਗ੍ਰਹਿ ਟਲ ਗਿਆ, ਪਰ ਗ੍ਰਹਿ ਕਾਹਦਾ ਟਲ ਗਿਆ ਉਹ ਨਹੀਂ ਮੈਨੂੰ ਸਮਝ ਆਈ। ਜਿਵੇਂ ਹੁਣ ਮੰਨ ਲਓ ਵੀ ਆਪਾਂ ਕਹਿੰਦੇ ਵੀ ਇੱਕ ਤਾਂ ਹੁੰਦਾ ਵੀ ਚੱਲ ਟੱਕਰ ਵੱਜੀ, ਮਾੜੀ ਝਰੀਟ ਜੀ ਆ ਗਈ ਅਤੇ ਸਾਈਕਲ ਨੂੰ ਕੁਛ ਨਹੀਂ ਹੋਇਆ, ਠੀਕ ਆ, ਜਾਂ ਮਾੜੀ ਸਾਈਕਲ ਦਾ ਇੱਕ ਤਾਂ ਗਜ ਟੁੱਟ ਗਿਆ, ਠੀਕ, ਫਿਰ ਆਪਾਂ ਕਹਿੰਦੇ ਗ੍ਰਹਿ ਟਲ ਗਿਆ। ਤੁਹਾਨੂੰ ਮੈਂ ਦੱਸਦਾ ਵੀ ਮੇਰੇ ਤਾਂ ਮੇਰੇ ਨੁਕਸਾਨ ਕਿੰਨਾ ਹੋ ਗਿਆ, ਜਿਵੇਂ ਜਾਂਦੇ ਜਾਂਦੇ ਹੱਸ ਕੇ ਵਾਲਾ ਕਹਿ ਜਾਂਦਾ ਨਾ ਵੀ ਤਾਂ ਗ੍ਰਹਿ ਟਲ ਗਿਆ। ਜਿਹੜੀ ਮੇਰੀ ਸਾਈਕਲ ਹੀ ਆ ਜੀ, ਚਾਚਾ ਜੀ ਵੱਲੋਂ ਗਿਫਟ ਹੋਈ ਵੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਕਿਉਂਕਿ ਚਾਚਾ ਜੀ ਹਰ ਸਾਲ ਜੋ ਰੇਸਾਂ ਕਰਾਉਂਦੇ ਨੇ ਸਾਈਕਲਾਂ ਦੀਆਂ, ਜਾਂ ਆਪਾਂ ਟੂਰ 'ਤੇ ਜਾਂਦੇ ਹਾਂ ਸਾਈਕਲਾਂ 'ਤੇ, ਕਿਤੇ ਆਪਾਂ ਦੇਹਰਾਦੂਨ ਕਿਤੇ ਮਸੂਰੀ ਸਾਰੇ ਪਾਸੇ ਜਾਂਦੇ ਹਾਂ ਸਾਈਕਲਾਂ 'ਤੇ, ਠੀਕ ਹੈ ਜੀ। ਅਤੇ ਜਾਣੀ ਕਿ ਜਿੰਦ ਜਾਨ ਸੀ ਆਪਣੀ ਸਾਈਕਲ ਹੀ ਉਹ, ਅਤੇ ਹਰੇਕ ਪਾਸੇ ਹਰੇਕ ਸਾਲ ਲੈ ਕੇ ਜਾਣੀ ਅਤੇ ਹਰੇਕ ਸਾਲ ਉਹਨੂੰ ਪੂਰਾ ਸਾਥ ਨਿਭਾਉਣਾ, ਕਦੇ ਨਹੀਂ ਜਵਾਬ ਨਹੀਂ ਦਿੱਤਾ, ਜਾਣੀ ਕਦੇ ਐਂ ਨਹੀਂ ਹੋਇਆ ਵੀ ਯਾਰ ਸਾਈਕਲ ਹੀ ਧੋਖਾ ਦੇਵੇ ਵਿਰਾਹ 'ਚ, ਜਾਂ ਕਦੇ ਗਜ ਤਾਂ ਟੁੱਟਣਾ ਹੀ ਹੁੰਦਾ, ਕਿਉਂਕਿ ਜਦੋਂ ਪਹਾੜਾਂ 'ਤੇ ਚੜ੍ਹਦੇ ਹਾਂ ਕੋਈ ਅੱਖੜੀ ਆ ਗਈ ਤਾਂ ਗਜ ਟੁੱਟਣਾ ਇਹ ਤਾਂ ਮਾਮੂਲੀ ਜਿਹੀਆਂ ਗੱਲਾਂ ਨੇ। ਉਹ ਸਾਈਕਲ ਹੀ ਦਾ ਉਸ ਦਿਨ ਕੱਖ ਨਹੀਂ ਰਿਹਾ, ਸਾਰਾ ਚੈਨ ਸੈੱਟ ਟੁੱਟ ਗਿਆ, ਅਤੇ ਉਦੋਂ ਬਾਅਦ ਜਿੰਨੇ ਗਜ ਉਹਨੇ ਭੰਨੇ ਅਤੇ ਜਿਹੜਾ ਚੱਕਾ ਸੀਗਾ ਨਾ ਚੱਕਾ ਉਹ ਉੱਥੋਂ ਵਿੰਗਾ ਕੀਤਾ ਜਿੱਥੇ ਚੱਕੇ ਦਾ ਜੋੜ ਸੀਗਾ। ਅਤੇ ਤੁਸੀਂ ਹੁਣ ਐਂ ਦੇਖ ਲਓ ਵੀ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ, ਅਤੇ ਚੱਕਾ ਦੇਖ ਲਓ ਕਿੰਨੇ ਦਾ ਪੈਣਾ, ਉਹ ਵੀ ਅਲਵੀ ਨਹੀਂ ਹੁੰਦਾ, ਅਤੇ ਗਜ ਦੇਖ ਲਓ ਵੀ ਇੱਕ ਗਜ 20 ਰੁਪਏ ਦਾ ਅਲਮੀ ਜਿਹੜਾ ਉੱਥੋਂ ਮਿਲਦਾ ਭਾਈ ਵਾਲਾ ਚੌਂਕ 'ਚੋਂ ਜਾ ਕੇ ਪਤਾ ਕਰਿਓ। ਮੈਂ ਹੁਣ ਦੀ ਗੱਲ ਮੈਂ ਅੱਜ ਤੋਂ ਪਹਿਲਾਂ ਦੀ ਗੱਲ ਕਰਾਂ, ਤਕਰੀਬਨ ਜਦੋਂ ਮੈਂ ਲੈ ਕੇ ਆਇਆ ਸੀ ਤੁਸੀਂ 2 ਸਾਲ ਪਹਿਲਾਂ ਦੀ ਗੱਲ ਕਰਦਾ, ਪਰ ਮੈਂ ਅੱਜ ਦੀ ਗੱਲ ਨਹੀਂ ਕਰਦਾ, ਅੱਜ ਕਹਿੰਦੀ 25 ਰੁਪਏ ਦਾ ਹੋਊਗਾ, 30 ਰੁਪਏ ਦਾ ਹੋਊਗਾ, ਇੱਕ ਗਜ 20 ਰੁਪਏ ਦਾ, ਠੀਕ ਹੈ ਜੀ। ਮੰਨ ਲਓ ਵੀ ਤਕਰੀਬਨ ਉਹਨੇ 15 ਤੋਂ 16 ਜਾਂ 17 ਗਜ ਤਾਂ ਤੋੜਤੇ, ਉਸ ਤੋਂ ਬਾਅਦ ਉਹਨੇ ਚੱਕਾ ਹੀ ਉਸ ਜਗ੍ਹਾ ਤੋਂ ਟੱਕਰ ਮਾਰੀ ਜਿੱਥੇ ਜੋੜ ਸੀ, ਜੋੜ ਵਿੰਗਾ ਹੋ ਗਿਆ। ਜਦੋਂ ਮੈਂ ਸਾਈਕਲ ਵਾਲੇ ਕੋਲ ਵੀਰ ਕੋਲ ਗਿਆ, ਉਹ ਮਿਸਤਰੀ ਕੋਲ ਗਿਆ, ਉਹ ਮੈਨੂੰ ਕਹਿੰਦਾ ਵੀ ਇਹ ਨਾ ਜੋੜ ਕੋਲੋਂ ਵਿੰਗਾ ਹੋਇਆ, ਅਤੇ ਆਪਾਂ ਗਜ ਫਾਲਡ ਕੱਢ ਦਾਂਗੇ, ਗਜ ਵੀ ਨਵੇਂ ਪਾ ਦਾਂਗੇ, ਪਰ ਇਹ ਫਾਲਡ ਕੱਢਣ ਤੋਂ ਬਾਅਦ ਵੀ ਜਦੋਂ ਇਹ ਚੱਲੂਗਾ ਸਾਈਕਲ ਇਹ ਬੜਕੂਗੀ, ਤੇਰੀ ਸਾਈਕਲ ਹੀ ਬੜਕੂਗੀ, ਯਾਨੀ ਜਿੱਥੇ ਜੋੜ ਆਊਗਾ ਉੱਥੇ ਪੂਰਾ ਫਾਲਡ ਨਿਕਲਣਾ ਨਹੀਂ, ਵੀ ਉੱਥੇ ਜਦੋਂ ਵੀ ਚੱਲੂਗੀ ਇਹ ਐਂ ਬੜਕ ਬੜਕ ਕੇ ਚੱਲੂਗੀ। ਅਤੇ ਮੈਂ ਕਿਹਾ ਮੈਨੂੰ ਉਦੋਂ ਥੋੜ੍ਹਾ ਜਿਹਾ ਲੱਗਿਆ ਵੀ ਚੱਲ ਕੋਈ ਚੱਕਰ ਨਹੀਂ ਆਪਾਂ ਫਿਰ, ਪਰ ਬਾਅਦ ਵਿੱਚ ਸੋਚਿਆ ਵੀ ਆਪਾਂ ਇਹਨਾਂ ਨੇ ਰੇਸਾਂ ਵੀ ਲਾਉਣੀਆਂ ਨੇ, ਯਾਤਰਾ 'ਤੇ ਵੀ ਜਾਣਾ ਨਾ, ਅਤੇ ਐਂ ਤਾਂ ਫਿਰ ਗੱਲ ਨਹੀਂ ਬਣਨੀ। ਫਿਰ ਮੈਂ ਉਹਨੂੰ ਕਿਹਾ ਵੀ ਕੋਈ ਹੋਰ ਹੱਲ, ਕਹਿੰਦਾ ਹੋਰ ਹੱਲ ਤਾਂ ਇਹ ਵੀ ਚੱਕਾ ਨਵਾਂ ਪਊਗਾ, ਅਤੇ ਚੱਕੇ ਦਾ ਰੇਟ ਵੀ ਹੁਣ ਤੁਸੀਂ ਪੁੱਛ ਸਕੇ ਪਹਿਲਾਂ ਹੀ ਆਪਦਾ ਕਲੀਅਰ ਕਰ ਲਿਓ ਵੀ ਦੇਖ ਲਿਓ ਅਲਮੀਨੀਅਮ ਦਾ ਚੱਕਾ ਵੀ ਟਵਿਨ ਸਾਈਕਲ ਦਾ ਕਿੰਨੇ ਦਾ ਆਉਂਦਾ, ਹੈ ਨਾ, ਠੀਕ ਹੈ ਜੀ। ਬਾਕੀ ਜਿਹੜਾ ਗਾਈ ਗੁਣ ਪੈਣਾ ਉਹ ਵੱਖਰੀ ਗੱਲ। ਆਪਾਂ ਨਾ ਗੱਲ ਨੁਕਸਾਨ ਦੀ ਹੋਈ ਕਰਾਂਗੇ, ਵੀ ਜਿਵੇਂ ਉਹ ਹੱਸਦੇ ਹੱਸਦੇ ਕਹਿ ਜਾਂਦੇ ਨਾ ਵੀ ਚੱਲ ਗ੍ਰਹਿ ਟਲ ਗਿਆ, ਗ੍ਰਹਿ ਹੁੰਦਾ ਗ੍ਰਹਿ ਕੀ ਚ ਕਿਹਨੂੰ ਮੰਨਦੇ ਆ ਲੋਕ ਉਹ ਨਹੀਂ ਆਪਾਂ ਨੂੰ ਪਤਾ ਵੀ, ਪਰ ਆਪਣਾ ਗ੍ਰਹਿ ਇੱਕ ਨੁਕਸਾਨ ਦੇ ਤੌਰ 'ਤੇ ਦੇਖਾਂਗੇ, ਗ੍ਰਹਿ ਆਪਣਾ ਕਿੱਡਾ ਕੁ ਵੱਡਾ ਸੀਗਾ ਨਾ, ਵੀ ਟਲਿਆ ਕਿ ਉਹ ਗ੍ਰਹਿ ਆਇਆ ਆਪਣੇ 'ਤੇ ਨਾ, ਚੈਨਸੈਟ ਦੀ ਗੱਲ ਹੋ ਗਈ ਅਤੇ ਆਪਣੇ ਚੱਕੇ ਦੀ ਗੱਲ ਹੋ ਗਈ, ਅਤੇ ਉਹ ਜਾਣੀ ਉੱਥੋਂ ਦੱਸੇ ਵੀ ਲੁਧਿਆਣੇ ਮਿਲਣਾ ਜਾਂ ਫਿਰ ਲੁਧਿਆਣੇ ਲੋਟ ਹੋਣਾ।
ਤੇ ਉਹ ਸਾਈਕਲ ਹੀ ਹਲੇ ਵੀ ਮਿਸਤਰੀ ਦੇ ਖੜੀ ਆ। ਇਹ ਤਾਂ ਸੀਗਾ ਨੁਕਸਾਨ ਜਿਹੜਾ ਉੱਥੇ ਮੌਕੇ ਤੇ ਹੋਇਆ, ਤੇ ਹੁਣ ਆਪਾਂ ਉਹ ਨੁਕਸਾਨ ਦੀ ਗੱਲ ਕਰਦੇ ਹਾਂ ਜਿਹੜਾ ਉਸ ਤੋਂ ਬਾਅਦ ਹੁਣ ਤੱਕ ਮੈਨੂੰ ਹੋਇਆ। ਜਦੋਂ ਆਪਾਂ ਮੇਰਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਨਾ ਮੈਂ ਜਦੋਂ ਡਾਕਟਰ ਸਾਹਿਬ ਕੋਲ ਗਿਆ ਪੈਂਡਲ ਡਾਕਟਰ ਕੋਲ, ਤੇ ਉਹ ਕਹਿੰਦੇ ਵੀ ਹਲਕਾ ਜਿਹਾ ਹੀ ਆ, ਵੀ ਮਾੜਾ ਮੋਟਾ ਹੈਗਾ, ਅੰਦਰੋਂ ਮਾਸ ਫਟਿਆ ਕਿਤੇ ਕਿਤੇ, ਯਾਨੀ ਬਾਹਲਾ ਨਹੀਂ ਹੈਗਾ, ਵੀ ਤੁਸੀਂ ਟੀਕਾ ਲਾ ਦਿੰਦੇ ਤੇ ਗੋਲੀਆਂ ਦੇ ਦਿੰਦੇ। ਚਲੋ ਉਹਨਾਂ ਨੇ ਟੀਕਾ ਲਾਤਾ ਤੇ ਗੋਲੀਆਂ ਦਿੱਤੀਆਂ। ਟੀਕੇ ਦਾ ਅਸਰ 2 ਦਿਨ ਰਿਹਾ, ਤੇ ਉਹ 2 ਦਿਨ ਦੇ ਵਿੱਚ ਮੈਨੂੰ ਜਮਾਂ ਹੀ ਨਹੀਂ ਪਤਾ ਲੱਗਾ ਵੀ ਮੇਰਾ ਕੋਈ ਐਕਸੀਡੈਂਟ ਹੋਇਆ ਜਾਂ ਮੈਂ ਕਿਸੇ ਪਾਸੇ ਡਿੱਗਿਆ। ਹੋਇਆ ਕਿ ਉਸ ਤੋਂ ਬਾਅਦ ਜਦੋਂ ਟੀਕੇ ਦਾ ਅਸਰ ਘਟਣ ਲੱਗਿਆ ਤਾਂ ਮੇਰੇ ਪਸਲੀਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜ਼ਿਆਦਾ ਇੱਧਰ ਇੱਧਰ ਜ਼ਿਆਦਾ ਇੱਧਰ ਘੱਟ, ਜਾਣੀ ਕਿ ਪਰ ਹੁੰਦਾ ਪੂਰਾ ਹੋ ਸਾਰੇ ਸੀਗਾ। ਤੇ ਮੈਨੂੰ ਜਦੋਂ ਮੈਂ ਉੱਠਦਾ ਸੀ ਜਾਂ ਸਿੱਕਦਾ ਸੀ ਜਾਂ ਪੱਠਿਆਂ ਵਾਲਾ ਟੋਕਰਾ ਚੱਕਦਾ ਸੀ ਤਾਂ ਮੇਰੇ ਨਾ ਇੱਥੇ ਦਰਦ ਹੁੰਦਾ ਸੀ ਪੂਰਾ, ਯਾਨੀ ਇੰਨਾ ਕਹਿ ਦਿਓ ਵੀ ਸਹਿ ਨਹੀਂ ਹੁੰਦਾ ਸੀ, ਐਂ ਇੱਕਦਮ ਚੀਸ ਵੱਟੀ ਜਾਂਦੀ ਸੀਗੀ ਪੂਰੀ। ਤੇ ਮੈਂ ਜਾ ਕੇ ਡਾਕਟਰ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਥੋੜ੍ਹਾ 2 ਦਿਨ ਰੈਸਟ ਕਰ ਲਾ ਤੇ ਰੇਤਾ ਤੱਤਾ ਕਰਕੇ ਨਾ ਉਹ ਸੇਕਾ ਦੇ ਲਿਆ ਕਰ, ਉਹਦਾ ਵੀ ਉਹਦੇ ਨਾਲ ਫਰਕ ਪੈ ਜੂ। ਤੇ ਮੈਂ ਚੱਲ 2 ਦਿਨ ਰੈਸਟ ਵੀ ਕੀਤੀ ਤੇ ਉਹ ਸੇਕਾ ਵੀ ਦਿੱਤਾ, ਪਰ ਫਿਰ ਦਵਾਈ ਵੀ ਖਾਧੀ, ਫਿਰ ਵੀ ਉਹਨੂੰ ਫਰਕ ਨਹੀਂ ਪਿਆ ਕੋਈ, ਹੈ ਨਾ। ਤੇ ਫਿਰ ਜਦੋਂ ਜਾਣੀ ਥੋੜ੍ਹਾ ਜਿਹਾ ਜ਼ਿਆਦਾ ਹੀ ਦਰਦ ਹੋਣ ਲੱਗ ਗਿਆ, ਫਿਰ ਮੈਂ ਚੱਲ ਕਿਤੇ ਸ਼ਹਿਰ ਦਿਖਾਇਆ ਉਹਨੇ, ਫਿਰ ਬਰਨਾਲੇ ਗਏ, ਐਕਸਰਾ ਕਰਿਆ ਉਹਨਾਂ ਨੇ, ਉਹ ਕਹਿੰਦੇ ਵੀ ਹਲਕੀ ਹਲਕੀ ਜਿਹੀ ਕਰੈਕ ਹੋਈਆਂ ਨੇ, ਯਾਨੀ ਪਤਾ ਨਹੀਂ ਉਹਨੇ ਕੀ ਕਿਹਾ ਸੀਗਾ, ਉਹ ਮੈਨੂੰ ਸਮਝ ਤਾਂ ਆਈ ਨਹੀਂ, ਉਹਦੇ ਹੋਰ ਆਪਦੀ ਭਾਸ਼ਾ ਦੇ ਵਿੱਚ ਬੋਲੇ ਸੀ ਵੀ ਘਬਰਾਉਣ ਵਾਲੀ ਗੱਲ ਨਹੀਂ, ਬਸ ਵੀ ਹਲਕਾ ਜਿਹਾ ਹੀ ਆ। ਤੇ ਚੱਲ ਉਹਨਾਂ ਨੇ ਵੀ ਦਵਾਈ ਲਿਖਤੀ ਤੇ ਉਹਨੇ ਟਿਊਬ ਦੇ ਦੀ ਇੱਕ, ਤਕਰੀਬਨ ਯਾਨੀ ਕਿ ਮੈਂ 6-7 ਦਿਨ ਵਿਹਲਾ ਰਿਹਾ, 6-7 ਦਿਨ ਲਗਾਤਾਰ ਟਿਊਬ ਮਲਦਾ ਰਿਹਾ ਤੇ ਬੋਤਲ ਗਰਮ ਫੇਰਦਾ ਰਿਹਾ ਇੱਥੇ, ਤੇ ਚਲੋ ਉਹਦਾ ਦਰਦ ਘੱਟ ਗਿਆ ਹੁਣ ਠੀਕ ਆ। ਸਾਈਕਲੀ ਦਾ ਜਿਹੜਾ ਨੁਕਸਾਨ ਉਹ ਤਾਂ ਅਲੱਗ ਚੀਜ਼ ਆ, ਉਸ ਤੋਂ ਬਾਅਦ ਜਿਹੜਾ ਮੇਰਾ ਨੁਕਸਾਨ ਇਹ ਹੋਇਆ ਵੀ ਮੈਂ ਮੰਨ ਲਓ ਵੀ ਕਿੱਥੇ ਤਾਂ ਮੈਂ ਭੱਜੋ ਭੱਜ ਆਪਣੇ ਕੰਮ ਕਰਨੇ ਸੀਗੇ ਸਾਰੇ, ਹੈ ਨਾ, ਤੇ ਬਾਗ ਦੇ ਵਿੱਚ ਕੰਮ ਨਹੀਂ, ਘਰੇ ਕੰਮ ਕਰਨੇ ਸੀ, ਮੱਝਾਂ ਦਾ ਕੰਮ ਸੀਗਾ, ਚੱਲ ਖੇਤ ਦਾ ਕੰਮ ਸੀ, ਤੇ ਕਿੱਥੇ ਮੈਂ ਜਮਾਂ ਵਿਹਲਾ ਹੋ ਕੇ ਬਹਿ ਗਿਆ। ਤੇ ਜਿਹੜਾ ਮੰਨ ਲਓ ਮੇਰੀ ਜਗ੍ਹਾ ਤੇ ਦਿਹਾੜੀਆਂ ਲੈਣਾ ਪੈ ਗਿਆ ਆਪਾਂ ਨੂੰ, ਤੇ ਉਹਦੀਆਂ ਦਿਹਾੜੀਆਂ ਗਿਣ ਲਓ, ਇੱਕ ਦਿਨ ਦਾ ਮੰਨ ਲਓ 500 ਲੈਂਦੇ ਹੁਣ, ਤੇ 7-8 ਦਿਹਾੜੀਆਂ ਦਾ ਗਿਣ ਲਓ, ਉਸ ਦਿਨ ਉਹ ਮੌਕੇ 3500 4000 ਹੀ ਹੋ ਗਿਆ ਜੀ, ਠੀਕ ਹੈ ਜੀ। ਦੂਜੇ ਨੰਬਰ ਤੇ ਜਿਹੜੀ ਉਹੀ ਸਾਈਕਲ ਜਿਹੜੀ ਤੁਸੀਂ ਫਟੜ ਹੋ ਗਈ, ਉਸੇ ਸਾਈਕਲ ਨਾਲ ਹਰ ਸਾਲ ਚਾਚਾ ਜੀ ਉਹ ਕਰਵਾ ਦਿੰਦੇ ਆ, ਸਾਈਕਲ ਰੇਸ ਮੁਕਾਬਲੇ ਕਰਵਾ ਦਿੰਦੇ ਆ, ਤੇ ਹਰ ਸਾਲ ਉਹ ਸਾਈਕਲ ਦੇ ਨਾਲ ਆਪਣਾ ਨੰਬਰ ਲੱਗਦਾ ਹੀ ਲੱਗਦਾ, ਚਾਹੇ ਦੂਜਾ ਲੱਗੇ ਚਾਹੇ ਤੀਜਾ ਲੱਗੇ, ਪਹਿਲਾਂ ਤਾਂ ਨਹੀਂ ਲੱਗਿਆ ਐਵੇਂ ਸਮਝੂ ਠੋਲੀ, ਪਹਿਲਾਂ ਤਾਂ ਆਪਣੇ ਹੈਗੇ ਮੁੰਡੇ ਉਹ ਲਾਉਂਦੇ ਆ, ਤੇ ਉਹ ਗਿਣ ਲਓ, ਆਪਾਂ ਨੁਕਸਾਨ ਦੀ ਗੱਲ ਕਰਨੀ, ਗਰੋਹ ਦੀ ਗੱਲ ਕਰਨੀ ਆ, ਉਹ ਗਿਣ ਲਓ ਵੀ 2500 2000 ਸਾਲ ਬਾਅਦ ਆਉਂਦਾ ਸੀ ਆਪਾਂ ਨੂੰ, ਠੀਕ ਹੈ ਜੀ। ਹੁਣ ਉਹ ਕਹਿੰਦਾ ਵੀ ਜਦੋਂ ਤੇਰੀ ਸਾਈਕਲ ਚੱਲੂਗੀ ਉਹ ਬੁੜਕੂਗੀ, ਹੁਣ ਜੇ ਉਹ ਬੁੜਕੂਗੀ ਤਾਂ ਮੈਂ ਰੇਸ ਦੇ ਵਿੱਚ ਮੁਕਾਬਲਾ ਕਰ ਸਕਦਾ ਉਹਨਾਂ ਦੇ ਨਾਲ ਦਿਆਂ ਦਾ, ਨਹੀਂ ਕਰ ਸਕਦਾ ਨਾ, ਜਾਣੀ ਉੱਥੋਂ ਮੰਨ ਲਓ ਵੀ ਉਹ ਵੀ ਆਪਣਾ ਨੁਕਸਾਨ ਹੋ ਗਿਆ, ਯਾਨੀ ਜਿਹੜਾ 2000 2500 ਆਪਣੇ ਸਾਲ ਬਾਅਦ ਆਉਂਦਾ ਸੀਗਾ ਉਹਦਾ ਵੀ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਤੁਸੀਂ ਐਂ ਦੇਖ ਲਓ ਵੀ ਜੇ ਯਾਤਰਾ 'ਤੇ ਜਾਂਦੇ ਸੀ ਤਾਂ ਵੀ ਸਾਈਕਲ ਦੀ ਜਾਂਦੀ ਸੀਗੀ, ਹੁਣ ਉਹ ਨਵੀਂ ਲੈਣੀ ਪਊਗੀ ਸਾਈਕਲ, ਕਿਉਂਕਿ ਇਹਨਾਂ ਯਾਤਰਾ 'ਚ ਉਹ ਜਾਣੀ ਨਿੱਝਾਂ ਚੱਕਾ ਨਵਾਂ ਪਾਉਣਾ ਪਊ, ਫਿਰ ਵੀ ਉਹ ਗੱਲ ਨਹੀਂ ਬਣਨੀ, ਤੇ ਉਹ ਮੰਨ ਲਓ ਵੀ ਘੱਟੋ ਘੱਟ 15-16 ਹਜ਼ਾਰ ਦਾ ਖਰਚਾ ਹੋਊਗਾ। ਜਾਣੀ ਵੀਡੀਓ ਕਿਉਂ ਬਣਾਉਣੀ ਪੈਗੀ, ਕਿਉਂਕਿ ਜਿਹੜੇ ਲੋਕ ਜੱਜ ਕਰਦੇ ਨੇ ਉੱਥੇ ਮੌਕੇ ਤੇ ਆ ਕੇ ਵੀ ਕੁਛ ਵੀ ਨਹੀਂ ਹੋਇਆ, ਮੁੰਡਾ ਜਮਾਂ ਠੀਕ ਠਾਕ ਖੜਾ ਗਾ, ਵੀ ਸਿਰਫ ਖੜਾ ਦੇਖ ਕੇ ਇਹ ਕਹਿ ਦੇਣਾ ਵੀ ਯਾਰ ਵੀ ਕੋਈ ਚੱਕਰ ਹੀ ਨਹੀਂ, ਤੂੰ ਮੁੰਡੇ ਨੂੰ ਵੀ ਜਾਓ ਯਾਰ ਤੁਸੀਂ ਤੋਰਨਾ, ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੁਸੀਂ ਆਪਦੇ ਘਰੇ ਜਾਓ, ਇਹਦਾ ਜਿਹੜਾ ਪਿੰਡ ਇਹਦਾ ਪਿੰਡ ਪਨੋਰੀ ਆ ਤਾਂ ਕੋਈ ਨਾ ਵਗ ਜੂਗਾ ਆਪੇ। ਤੇ ਜਾਣੀ ਆਪਣੇ ਆਪ ਨੂੰ ਸਰਪੰਚ ਮੰਨਣਾ ਮੌਕੇ ਦੇ ਬਿਨਾਂ, ਜਾਣੀ ਸੋਚੇ ਸਮਝੇ ਨਾ ਫੈਸਲਾ ਕਰ ਦੇਣਾ। ਹੁਣ ਤੁਸੀਂ ਇਹ ਦੇਖ ਲਓ ਵੀ
ਬਾਗ ਚ ਵੀ ਦਿਹਾੜੀ ਲਾਉਣੇ ਪੈਣਗੇ। ਹੁਣ ਆਪ ਤੋਂ ਕੰਮ ਹੁੰਦਾ ਨੀ, ਜਦੋਂ ਕੰਮ ਕਰ ਇਸੇ ਦਰਦ ਵਾਲਾ ਹੁੰਦਾ ਪਿੱਠ ਚ ਇੱਕ, ਆਹ ਹਜੇ ਵੀ ਇਧਰ ਸੱਜੇ ਪਾਸੇ ਇੰਨੀ ਕੱਪ ਗਈ, ਇੰਨੀ ਕੁ ਗੱਠ ਜੀ ਆ ਜਿਹੜੀ ਇੱਥੇ ਹਜੇ ਵੀ ਦਰਦ ਕਰਦੀ ਹੈ। ਤੇ ਜਦੋਂ ਜ਼ੋਰ ਲਾਉਣਾ, ਹੁਣ ਆਪਣਾ ਪਰਸੋਂ ਮੈਨੂੰ ਮੁੰਡਾ ਕਹਿੰਦਾ ਆਪਾਂ ਬੂਟੇ ਲਾਉਣੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਮਰੂਦਾਂ ਦੇ, ਆਪਣੇ ਕਲੱਬ ਦਾ ਪ੍ਰਧਾਨ ਕਹਿੰਦਾ। ਤੇ ਚਲੋ ਅਸੀਂ ਉੱਥੇ ਬੂਟੇ ਲਾਉਣ ਵਾਸਤੇ ਟੋਏ ਪੱਟਣ ਲੱਗੇ, ਮੇਰੇ ਤੋਂ ਸਿਰਫ 4 ਟੋਏ ਪੱਟੇ ਗਏ, 54ਵੇਂ ਟੋਏ 'ਚ ਮੇਰੇ ਦਰਦ ਹੋਣ ਲੱਗ ਗਿਆ। ਮੈਂ ਉਹਦੀ ਕਹੀ ਰੱਖਤੀ, ਮੈਂ ਯਾਰ ਮਸ਼ੀਨ ਇੱਥੋਂ ਨਹੀਂ, ਯਾਨੀ ਜੀ ਨਾ ਮੈਂ ਹਲਕਾ ਕੰਮ ਸ਼ੁਰੂ ਕਰਨ ਲੱਗ ਗਿਆ, ਪਾਣੀ ਪੂਣੀ ਪਾਉਣ ਲੱਗ ਗਿਆ ਚੱਲ ਬੂਟਿਆਂ ਨੂੰ, ਹੈ ਨਾ, ਅਤੇ ਬੂਟੇ ਲਾਉਣ ਲੱਗ ਗਿਆ ਖੁਰਪੀ ਨਾਲ। ਫਰਕ ਤਾਂ ਪੈਂਦਾ ਹੀ, ਨੁਕਸਾਨ ਤਾਂ ਬਹੁਤ ਵੱਡਾ ਹੁੰਦਾ ਨਾ। ਜਾਣੀ ਬਸ ਕਹਿਣਾ ਤਾਂ ਇਹੀ ਹੈ ਵੀਡੀਓ ਦੇ ਵਿੱਚ ਵੀ ਨੁਕਸਾਨ ਬਹੁਤ ਵੱਡਾ ਹੋ ਗਿਆ, ਔਰ ਜਿਹੜੇ ਜੱਜ ਕਰਨ ਵਾਲੇ ਨਾ ਉਹ ਜੱਜ ਨਹੀਂ ਕਰ ਸਕਦੇ ਇਹਨਾਂ ਗੱਲਾਂ ਨੂੰ, ਇਸ ਕਰਕੇ ਨਾ ਉਹੀ ਪ੍ਰਧਾਨ ਨਾ ਬਣਿਆ ਕਰੋ ਹਰੇਕ ਬਾਥਾਂ ਮੇ ਜਾ ਕੇ। ਅਤੇ ਦੂਜੇ ਨੰਬਰ 'ਤੇ ਉਹ ਮੁੰਡੇ ਦੇ ਡੈਡੀ ਦੀ ਗੱਲ ਆ ਵੀ ਫਾਲਟ ਸਾਈਕਲ 'ਚ ਤਾਂ ਨਿਕਲ ਜੂਗਾ ਚੱਲ ਨਵਾਂ ਉਹ, ਪਰ ਮੇਰੇ 'ਚੋਂ ਫਾਲਟ ਬਹੁਤ ਸੀਤੀ, ਨਿਕਲਣਾ ਨਹੀਂ ਮੇਰੇ ਹਿਸਾਬ ਨਾਲ ਜਿਹਦੇ ਹਨਾ। ਹੁਣ ਕਿਉਂਕਿ ਡਾਕਟਰ ਸਾਹਿਬ ਤਾਂ ਕਹੀ ਜਾਂਦੇ ਭਾਈ 2 ਮਹੀਨੇ ਰੈਸਟ ਕਰ ਲਾ, 2.5 ਮਹੀਨੇ ਰੈਸਟ ਕਰ ਲਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਵੀ ਇੱਕ ਪਾਸੇ ਤਾਂ ਆਪਾਂ ਸਿਰਫ ਇਹ ਦੇਖ ਲੈਣਾ ਵੀ ਭਾਈ ਐਕਸੀਡੈਂਟ ਹੋ ਗਿਆ, ਅਤੇ ਮੌਕੇ 'ਤੇ ਜਿਹੜਾ ਸਿਰ ਬੰਨ ਕੇ ਕੰਬੀ ਜਾਂਦਾ ਬੈਠਾ ਵੀ ਉਹ ਬੇਕਸੂਰ, ਆਪਾਂ ਤਾਂ ਇਹ ਮੰਨ ਲੈਣਾ, ਅਤੇ ਜਿਹੜਾ ਚੰਗਾ ਸਹੀ ਸਲਾਮਤ ਖੜਾ ਗਾ ਉਹ ਕਸੂਰਵਾਰ। ਜਾਣੀ ਬੇਨਤੀ ਹੈ ਜੱਜਮੈਂਟ ਕਰਨ ਵਾਲਿਆਂ ਨੂੰ ਵੀ ਜੱਜ ਨਾ ਕਰਿਆ ਕਰੋ ਮੌਕੇ 'ਤੇ ਜਾ ਕੇ, ਪਹਿਲਾਂ ਸਾਰੀ ਗੱਲਬਾਤ ਪਤਾ ਕਰਿਆ ਵੀ ਹੋਇਆ ਕੀ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਕਿਸੇ ਨੂੰ ਜੱਜ ਕਰਿਆ ਕਰੋ। ਅਤੇ ਹੁਣ ਮੇਰੀ ਬੇਨਤੀ ਉਹ ਮੁੰਡੇ ਨੂੰ ਵੀ ਆਪਾਂ ਛੱਡਦੇ, ਇਹ ਤਾਂ ਸੀਗੀ ਵੀਡੀਓ ਸਪੈਸ਼ਲ ਜਿਹੜੇ ਜੱਜ ਕਰਦੇ ਆ ਉਹਨਾਂ ਵਾਸਤੇ ਵੀ ਜੱਜ ਨਾ ਕਰਿਆ ਕਰੋ ਕਿਸੇ ਨੂੰ ਜੇ ਨਹੀਂ ਸਾਨੂੰ ਅਕਲ ਹੈਗੀ, ਠੀਕ ਹੈ ਜੀ, ਨਹੀਂ ਸਾਨੂੰ ਜੱਜ ਕਰਨ ਆਉਂਦਾ। ਦੂਜੇ ਨੰਬਰ 'ਤੇ ਜਿਹੜੇ ਮੁੰਡੇ ਨੇ ਐਕਸੀਡੈਂਟ ਕੀਤਾ ਮੇਰਾ, ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਮਹਿਲ ਖੁਰਦ ਪਿੰਡ ਦਾ ਮੁੰਡਾ, ਅਤੇ ਇਸ ਟਾਈਮ ਉਹ ਕੈਨੇਡਾ ਚਲਿਆ ਗਿਆ। ਜਾਣੀ ਐਕਸੀਡੈਂਟ ਤੋਂ ਬਾਅਦ ਤਕਰੀਬਨ 10 ਕੁ ਦਿਨ ਬਾਅਦ ਉਹ ਕੈਨੇਡਾ ਚਲਿਆ ਗਿਆ। ਅਤੇ ਹੁਣ ਉਸ ਵੀਰ ਨੂੰ ਬੇਨਤੀ ਆ ਵੀ ਐਕਸੀਡੈਂਟ ਹੋ ਗਿਆ ਅਤੇ ਮੈਂ ਭੰਨ ਤੋੜ ਵੀ ਆਪ ਵੀ ਸਹੀ ਕਰ ਲੂੰਗਾ, ਕੋਈ ਚੱਕਰ ਨਹੀਂ, ਪਰ ਸਾਡੇ ਕਲੱਬ ਦੇ ਲਈ ਤੈਨੂੰ ਦਾਨ ਕਰਨਾ ਪਊਗਾ ਹੁਣ $200। ਬਾਹਲਾ ਨਹੀਂ ਹੈਗਾ ਤੇਰੇ ਲਈ, ਕਿਉਂਕਿ ਪਰਿਵਾਰ ਵੀ ਤੁਹਾਡਾ ਉੱਧਰ ਹੀ ਆ। $200 ਭਾਈ ਘਨੱਈਆ ਜੀ ਯੁਵਕ ਸਭਾਵਾਂ ਕਲੱਬ ਪੰਡੋਰੀ ਦੇ ਲਈ ਤੈਨੂੰ ਦਾਨ ਕਰਨਾ ਪਊਗਾ, ਤਾਂ ਤੈਨੂੰ ਭਾਈ ਅਸੀਂ ਸ਼ਮਾ ਕਰਾਂਗੇ, ਮਾਫ ਕਰਾਂਗੇ, ਨਹੀਂ ਤਾਂ ਤੇਰਾ ਨਾਂ ਲੈ ਕੇ ਸਪੈਸ਼ਲ ਤੇਰੇ ਪਰਿਵਾਰ ਦਾ ਨਾਂ ਲੈ ਕੇ, ਕਿਉਂਕਿ ਬਦਨਾਮੀ ਤੋਂ ਹਰੇਕ ਡਰਦਾ ਨਾ ਵੀ ਅਸੀਂ ਵੀਡੀਓ ਪਾਵਾਂਗੇ ਵੀ ਇਹਨਾਂ ਨੇ ਸਾਡਾ ਐਕਸੀਡੈਂਟ ਕੀਤਾ, ਅਸੀਂ ਮੁੜ ਕੇ ਸਾਡਾ ਹਾਲ ਚਾਲ ਪਸੰਦ ਨਹੀਂ ਹੈ। ਬੇਨਤੀ ਹੈ ਮੁੰਡੇ ਲਈ, ਬੇਨਤੀ ਹੈ ਸਪੈਸ਼ਲ ਯਾਰ ਵੀ, ਹੈ ਨਾ, ਆਪਣਾ ਪਿੰਡ ਦੇ ਵਿੱਚ ਬਹੁਤ ਪ੍ਰੋਗਰਾਮ ਚੱਲਦੇ ਨੇ ਅਤੇ ਆਪਾਂ ਬਹੁਤ ਵੱਡੀਆਂ ਸਭਾਵਾਂ ਕਰਦੇ ਨੇ ਆਪਣੇ ਨਾਲੇ, ਆਨੇ ਬਹਾਨੇ ਜਾਣੀ ਤੇਰਾ ਵੀ ਦਸਵੰਧ ਕਢਵਾਉਣਾ ਆਪਾਂ। $200 ਸਾਨੂੰ ਚਾਹੀਦਾ ਹਰ ਹਾਲਤ ਦੇ ਵਿੱਚ, ਇੱਕ 6 ਮਹੀਨੇ ਦੇ ਵਿੱਚ ਤੈਨੂੰ 6 ਮਹੀਨੇ ਦੇ ਤੇ ਪੂਰੇ, ਅਤੇ ਫਿਰ ਉਸ ਤੋਂ ਬਾਅਦ ਜੇ ਤੂੰ ਸਾਡੇ ਨਾਂ ਆਖੇ ਲੱਗਿਆ ਫਿਰ ਆਪਾਂ ਤੇਰਾ ਨਾਂ ਵੀ ਲਵਾਂਗੇ, ਤੇਰਾ ਘਰ ਵੀ ਦੱਸਾਂਗੇ, ਤੇਰੇ ਪਰਿਵਾਰ ਬਾਰੇ ਵੀ ਦੱਸਾਂਗੇ, ਕਿਉਂਕਿ ਐਕਸੀਡੈਂਟ ਕੀਤਾ ਸਾਡਾ ਨੁਕਸਾਨ ਕੀਤਾ ਤੂੰ, ਹੈ ਨਾ। ਅਤੇ ਨਾਲੇ ਜੱਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਠੰਡੇ ਰਿਹਾ ਕਰੋ, ਯਾਨੀ ਇੱਕਦਮ ਨਾ ਜਾ ਕੇ ਫੈਸਲਾ ਸੁਣਾਇਆ ਕਰੋ। ਜਿਵੇਂ ਇੰਡੀਆ ਦੇ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਇੱਕ ਕੇਸ ਨੂੰ 25-25 ਸਾਲ ਲਮਕਾਈ ਰੱਖਦੇ ਨਾ, ਤੁਸੀਂ ਘੱਟੋ ਘੱਟ 25-30 ਮਿੰਟ ਲਾਇਆ ਕਰੋ ਜੱਜ ਕਰਨ ਨੂੰ। ਇਹ ਨਹੀਂ ਹੈਗਾ ਜਾਣ ਸਰ ਦੇਖਿਆ ਵੀ ਉਹ ਮੁੰਡਾ ਖੜਾ ਗਾ, ਉਹ ਮੁੰਡਾ ਬੈਠਾ ਗਾ, ਵੀ ਉਹ ਬੈਠਾ ਵਾਲਾ ਵੱਧ ਦੁਖੀ ਹੈ, ਇਹ ਨਹੀਂ ਹੁੰਦਾ। ਨੁਕਸਾਨ ਬਹੁਤ ਹੋ ਗਿਆ, ਬਹੁਤ ਸੀਗਾ ਜਿਹੜਾ ਉਹ ਨੁਕਸਾਨ ਦੇ ਰੂਪ 'ਚ ਗਿਣਿਆ ਗਿਆ, ਨੁਕਸਾਨ ਬਹੁਤ ਵੱਡਾ ਹੋ ਗਿਆ, ਟਲਿਆ ਕਿੱਥੇ ਕਰੋ। ਬੇਨਤੀ ਹੈ ਮੇਰੀ ਯਾਰ, ਜਿਹੜੇ ਮੋਟਰਸਾਈਕਲ ਚਲਾਉਂਦੇ ਨੇ, ਗੱਡੀਆਂ ਚਲਾਉਂਦੇ ਨੇ, ਬੇਸ਼ੱਕ ਆਪਾਂ ਘਰੋਂ ਦੁਖੀ ਹਾਂ, ਮੰਨ ਲਓ ਕਿਸੇ ਗੱਲ ਤੋਂ ਲੈ ਕੇ, ਆਪ ਕਿਸੇ ਗੱਲ ਨੂੰ ਲੈ ਕੇ ਬਹੁਤ ਦੁਖੀ ਹੈ, ਆਪਣਾ ਜਿਹੜਾ ਜਨ ਜੀਵਨ, ਆਪਣਾ ਜਿਹੜਾ ਜੀਵਨ ਆ ਉਹ ਸੁਖੀ ਨਹੀਂ ਹੈਗਾ, ਕਿਸੇ ਗੱਲੋਂ ਆਪਾਂ ਹਰ ਟਾਈਮ ਆਕੜੇ ਰਹਿੰਦੇ ਹਾਂ, ਕਿਸੇ ਨਾ ਕਿਸੇ ਨਾਲ ਖਿਜੀ ਜਾਂਦੇ ਰਹਿੰਦੇ, ਪਰ ਜਿਹੜੇ ਤੁਹਾਡੇ ਆਸੇ ਪਾਸੇ ਲੋਕ ਰਹਿ ਰਹੇ ਨੇ ਉਹ ਤੁਹਾਡੇ ਵਰਗੇ ਨਹੀਂ ਹੈਗੇ,
ਬਹੁਤ ਸਾਰੇ ਲੋਕ ਜਿਹੜੇ ਆਨੰਦ 'ਚ ਰਹਿੰਦੇ ਆ, ਜਿਹੜੇ ਹਰ ਟਾਈਮ ਖੁਸ਼ ਖੁਸ਼ ਰਹਿੰਦੇ ਨੇ, ਜਿਹੜੇ ਰੱਬ ਦੀਆਂ ਦਿੱਤੀਆਂ ਸੌਗਾਤਾਂ ਦੇ ਵਿੱਚ ਰਹਿਣਾ ਜਾਣਦੇ ਨੇ, ਜਿਹੜੇ ਪਤਾ ਜਿਨ੍ਹਾਂ ਨੂੰ ਵੀ ਆਨੰਦ ਹੀ ਸਾਰਾ ਕੁਛ ਆਨੰਦ ਹੀ, ਨਾ ਨਾ ਤਾਂ ਪੈਸਾ ਕਿਤੇ ਕੰਮ ਆਉਂਦਾ ਅਤੇ ਨਾ ਹੀ ਐਸ ਪ੍ਰਸਤੀ ਜਿੰਨੀ ਆਪਾਂ ਮਤਲਬ ਟੌਹਰ ਸ਼ੌਹਰ ਕੱਢਦੇ ਹਾਂ ਜਾਂ ਪੂਰਾ ਬਣ ਕੇ ਠਣ ਕੇ ਰਹਿੰਦੇ ਹਾਂ, ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ। ਜਿੱਥੇ ਆਨੰਦ ਨਾਲ ਬੰਦਾ ਰਹਿੰਦਾ ਨਾ, ਉਹ ਖੁਸ਼ ਜ਼ਿਆਦਾ ਹੁੰਦਾ। ਅਤੇ ਕੋਸ਼ਿਸ਼ ਕਰਿਆ ਕਰੋ ਵੀ ਕਿਸੇ ਵੀ ਵਾਹਨ ਨੂੰ ਤੁਸੀਂ ਚਲਾ ਰਹੇ ਹੋ, ਮੋਟਰ ਸਾਈਕਲ ਗੱਡੀ ਚਲਾ ਰਹੇ ਹੋ, ਆਪਣੇ ਲਈ ਭਾਵੇਂ ਨਾ ਸੋਚੋ, ਜਿਹੜੇ ਮੂਹਰੇ ਤੁਹਾਡੇ ਅੱਗੇ ਜਾਂ ਪਿੱਛੇ ਤੁਹਾਡੇ ਜਾ ਰਹੇ ਨੇ, ਤੁਹਾਡੇ ਅੱਗੇ ਆ ਰਹੇ ਨੇ, ਉਹਨਾਂ ਬਾਰੇ ਜ਼ਰੂਰ ਸੋਚਿਆ ਕਰੋ ਵੀ ਉਹਨਾਂ ਦੀ ਜ਼ਿੰਦਗੀ ਬਹੁਤ ਕੀਮਤੀ ਆ। ਕਈ ਵਾਰ ਬੰਦਾ ਕਹਿੰਦਾ ਨਾ ਚਲ ਮਾਰੀ ਜਾਣਾ, ਤੁਸੀਂ ਮਰ ਜਾਣਾ ਕੋਈ ਚੱਕਰ ਨਹੀਂ, ਪਰ ਜਿਨ੍ਹਾਂ ਨੇ ਤੁਹਾਡੇ ਤੁਸੀਂ ਜਿਹਨਾਂ ਟੱਕਰ ਮਾਰਨੀ ਤੁਸੀਂ ਜਿਹਨਾਂ 'ਚ, ਉਹ ਨਹੀਂ ਮਰਨਾ ਚਾਹੁੰਦੇ, ਉਹ ਕੁਛ ਕਰਨਾ ਚਾਹੁੰਦੇ ਆ ਸਮਾਜ ਲਈ ਵੀ ਅਤੇ ਆਪਣੇ ਪਰਿਵਾਰ ਲਈ ਵੀ। ਸੋ ਬੇਨਤੀ ਹੈ ਵੀ ਬੇਨਤੀ ਨੂੰ ਜ਼ਰੂਰ ਮੰਨਿਓ, ਅੱਗੇ ਤੋਂ ਧਿਆਨ ਨਾਲ ਚਲਾਇਓ ਮੋਟਰਸਾਈਕਲ ਗੱਡੀਆਂ ਜਿਹੜੇ ਵੀ ਵੀਰ ਚਲਾਉਂਦੇ ਆ, ਅਤੇ ਆਪਣੇ $200 ਜ਼ਰੂਰ ਯਾਦ ਰੱਖਿਓ ਜੀ। ਆਪਣਾ ਅਕਾਊਂਟ ਨੰਬਰ ਦੇ ਦਾਂਗੇ ਆਪਣਾ ਕਲੱਬ ਦਾ, ਖਾਤੇ 'ਚ ਪਾ ਦਿਓ, ਠੀਕ ਹੈ ਜੀ। ਫਿਰ ਵੀਡੀਓ ਬਣਾਵਾਂਗੇ ਕੋਈ ਨਾ, ਜਦੋਂ ਆਪਣੇ ਕੋਲ ਪੈਸੇ ਆ ਗਏ, ਹਾਂ ਵੀ ਤੁਹਾਡਾ ਧੰਨਵਾਦ ਵੀ ਕਰਾਂਗੇ। ਭੁੱਲ ਜਾਓ ਜੇ ਐਕਸੀਡੈਂਟ ਹੋ ਗਿਆ, ਪਰ ਜੱਜਮੈਂਟ ਦੀ ਗੱਲ ਕਰਦਾ ਸੀ, ਚਲ ਤੁਹਾਡਾ ਕੀ ਕਸੂਰ ਆ, ਹੁਣ ਜਿਹੜਾ ਕੁਛ ਆ ਗਿਆ ਹੋ ਗਿਆ ਹੋ ਗਿਆ, ਠੀਕ ਹੈ ਨਾ ਮੂਹਰੇ, ਚਾਹੇ ਹਨੇਰਾ ਆ ਗਿਆ ਚਾਹੇ ਇੰਡੀਕੇਟਰ ਦੇਖਦੇ ਸੀ। ਵੀਡੀਓ ਤਾਂ ਬਣਾਈਏ ਚੱਲ ਵੀ ਨਾਲ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਜੂ, ਜਿਹੜੇ ਆਮ ਹੋਣਾ ਐਕਸੀਡੈਂਟ ਵਧੇਰੇ ਹੁੰਦੇ ਆ ਨਾ, ਜਾਣਾ ਖਾਣਾ ਜਾਂ ਮੇਰੇ ਆ ਜਾ ਕੇ ਜੱਜ ਬਣ ਜਾਂਦਾ ਉੱਥੇ। ਚਲੋ ਧੰਨਵਾਦ ਜੀ, ਹੁਣ ਕੰਮ ਦਾ ਟਾਈਮ ਹੋ ਗਿਆ, ਮਿਲਦੇ ਹਾਂ ਫਿਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।